ਜਿਹੜੇ ਹੱਕ ਹਕੀਕਤ ਨੂੰ ਜਾਣਦੇ ਨਾ ਨਾ ਮੁਰਸ਼ਦ ਤੇ ਨਾਹੀ ਮੁਰੀਦ ਹੁੰਦੇ ਸਾਈ ਸਿਰਾਂ ਦੀ ਜੇਕਰ ਨਾ ਦਈਏ ਸੌਦੇ ਅਣਖਾਂ ਦੇ ਨਹੀਂ ਖਰੀਦ ਹੁੰਦੇ ਤੇਗ ਜਬਰਬਰੀ ਜਿਨ੍ਹਾਂ ਨੂੰ ਝਟਕਦੀ ਹੈ ਢਹਿੰਦੇ ਦਿਲਾਂ ਦੀ ਉਹ ਉਮੀਦ ਹੁੰਦੇ ਕਤਲਗਾਹਾਂ ਵੀ ਪੂਜੀਆਂ ਜਾਣ ਸਫਰੀ ਜਿੱਥੇ ਮਾਵਾਂ ਦੇ ਪੁੱਤ ਸ਼ਹੀਦ ਹੁੰਦੇ ਜੀ ਜਿੱਥੇ ਮਾਵਾਂ ਦੇ ਪੁੱਤ ਸ਼ਹੀਦ ਹੁੰਦੇ ਚਿੱਤ ਲਾ ਕੇ ਸੁਣਿਓ ਗੁਰ ਸਿੱਖੋ ਇੱਕ ਯੋਧਾ ਪਾਰੀ ਉਪਕਾਰੀ ਸੀ ਜੋ ਧਰਮੀ ਹਾਮੀ ਸੱਚ ਦਾ ਸੀ ਤੇ ਸਿਦਕ ਦੀ ਮੂਰਤ ਭਾਰੀ ਸੀ ਪੰਜ ਪੁੱਜ ਕੁਰਬਾਨੀ ਦਾ ਜੇ ਗੱਲ ਕਰੀਏ ਉਪਕਾਰਾਂ ਦੀ ਜੋ ਸੱਚ ਦੇ ਪੈਰੇ ਦਾਰ ਬਣੇ ਗੱਲ ਕਰੀਏ ਸਿੱਖ ਸਰਦਾਰਾਂ ਦੀ ਗੱਲ ਕਰੀਏ ਸਿੱਖ ਸਰਦਾਰਾਂ ਦੀ ਚਿੱਤ ਲਾ ਕੇ ਸੁਣਿਓ ਗੁਰ ਸਿੱਖੋ ਇੱਕ ਯੋਧਾ ਪਾਰੀ ਉਪਕਾਰੀ ਸੀ ਜੋ ਧਰਮੀ ਹਾਮੀ ਸੱਚ ਦਾ ਸੀ ਤੇ ਸਿਦਕ ਦੀ ਮੂਰਤ ਭਾਰੀ ਸੀ ਪੰਜ ਪੁੱਜ ਕੁਰਬਾਨੀ ਦਾ ਜੇ ਗੱਲ ਕਰੀਏ ਉਪਕਾਰਾਂ ਦੀ ਜੋ ਸੱਚ ਦੇ ਪੈਰੇ ਦਾਰ ਬਣੇ ਗੱਲ ਕਰੀਏ ਸਿੱਖ ਸਰਦਾਰਾਂ ਦੀ ਗੱਲ ਕਰੀਏ ਸਿੱਖ ਸਰਦਾਰਾਂ ਦੀ ਅੱਗ ਹੇਠਾਂ ਵੀਲੇ ਬਲਦੀ ਰਹੀ ਤੇ ਗਰਮ ਰੇਤ ਸਿਰ ਪਾਉਂਦੇ ਰਹੇ ਟੁੱਟੀ ਨਹੀਂ ਸਮਾਤੀ ਸਦਕੀ ਦੀ ਜਾਲ ਮਤਲ ਸਾਰਾ ਲਾਉਂਦੇ ਰਹੇ ਵਿੱਚ ਦੇਖੋ ਬਾਲਿਆ ਸਤਿਗੁਰ ਨੂੰ ਸਤਿਗੁਰ ਜੀ ਤੁਰ ਪਏ ਅੱਜ ਹਿੰਦ ਦਾ ਧਰਮ ਬਚਾਉਣ ਆਇਆ ਅੰਜਾਮ ਪੁੱਛ ਕੇ ਕੀ ਕਰਨਾ ਜੇ ਪਰ ਉਪਕਾਰ ਕਮਾਉਣ ਆਇਆ ਹਿੰਦੀਆਂ ਦਾ ਸ਼ਾ ਮਾਣ ਗਿਆ ਤਲ ਸਰਬੰਸ ਵਾਰ ਕੇ ਦਸਵਾਂ ਪਿਤਾ ਸਰਬੰਸ ਵਾਰ ਕੇ ਦਸਵਾਂ ਪਿਤਾ ਕਰ ਪੂਰੇ ਕੋਲ ਇਕਰਾਰ ਗਏ ਪੁੱਤ ਚਾਰ ਲਾਡਲੇ ਸਤਿਗੁਰ ਦੇ ਸਿੱਖ
ਸਿੱਖੀ ਦਾ ਮਹਿਲ ਉਹ ਸਾਰ ਗਏ ਮਾਤਾ ਵਿਕਰਮ ਤੋਂ ਵਾਰ ਕੇ ਆ ਜੇ ਗੱਲ ਕਰੀਏ ਪਰਵਾਰਾਂ ਦੀ ਜੋ ਸੱਚ ਦੇ ਪੈਰੇ ਦਰ ਬਣੇ ਗੱਲ ਕਰੀਏ ਸਿੱਖ ਸਰਦਾਰਾਂ ਦੀ ਗੱਲ ਕਰੀਏ ਸਿੱਖ ਸਰਦਾਰਾਂ ਦੀ ਜਾਲਮ ਦੀਆਂ ਤੇਗਾਂ ਟੁੱਟ ਗਈਆਂ ਨਾ ਟੁੱਟਿਆ ਸਿਦਕ ਦਲੇਰਾਂ ਦਾ ਜਾਲਮ ਨੇ ਤਿੱਖੀ ਰੰਬੀ ਵਾਤਨ ਜਿਗਰ ਬੱਬਰ ਸ਼ੇਰਾਂ ਦਾ ਸਿਰ ਨਾਲ ਧਰਮ ਪਿਆਰਾ ਹੈ ਜੇ ਗੱਲ ਕਰੀਏ ਪਿਆਰਾ ਦੀ ਜੋ ਸੱਚ ਦੇ ਪੈਰੇ ਬਣੇ ਗੱਲ ਕਰੀਏ ਸਿੱਖ ਸਰਦਾਰਾਂ ਦੀ ਗੱਲ ਕਰੀਏ ਸਿੱਖ ਸਰਦਾਰਾਂ ਦੀ ਅਫਗਾਨੀ ਥਰਾ ਜਾਂਦੇ ਪਰ ਤਖਤ ਸਾਲਾ ਹੈ ਨਲੂਏ ਦੀ ਜੇ ਗੱਲ ਕਰੀਏ ਕਿਰਦਾਰਾਂ ਦੀ ਜੋ ਸੱਚ ਦੇ ਪੈਰੇ ਦਰ ਬਣੇ ਗੱਲ ਕਰੀਏ ਸਿੱਖ ਸਰਦਾਰਾਂ ਦੀ ਜਦ ਦਿਲ ਦੀ ਖੋਟੀ ਦਿੱਲੀ ਨੇ ਜਦ ਦਿਲ ਦੀ ਖੋਟੀ ਦਿੱਲੀ ਨੇ ਪੰਜਾਬ ਚ ਅੱਗ ਮਚਾਈ ਸੀ ਮੇਰਾ ਪਿੰਡਾਂ ਵਾਲੇ ਯੋਧੇ ਨੇ ਸੁੱਤੀ ਹੋਈ ਕੌਮ ਜਗਾਈ ਸੀ ਜਦ ਹੱਕ ਦਬਾਏ ਜਾਂਦੇ ਨੇ ਪਏ ਲੋੜੇ ਮਰਾ ਧਿਆਰਾਂ ਦੀ ਜੋ ਸੱਚ ਦੇ ਪੈਰੇ ਦਰ ਬਣੇ ਗੱਲ ਕਰੀਏ ਸਿੱਖ ਸਰਦਾਰਾਂ ਦੀ ਜੋ ਸੱਚ ਦੇ ਪੈਰੇ ਦਰ ਬਣੇ ਗੱਲ ਕਰੀਏ ਸਿੱਖ ਸਰਦਾਰਾਂ ਦੀ ਦਾਸ ਹੱਥ ਬੰਨ੍ਹ ਕੇ ਧਿਆਉਂਦਾ ਪਰਮਾਤਮਾ ਨੂੰ ਰੰਗਲੇ ਦਿਮਾਗ ਚ ਜਗਾ ਦੇ ਨਵੀਂ ਬੈਟਰੀ ਵੇਦ ਤੇ ਗ੍ਰੰਥ ਲਿਆ ਕੇ ਬਾਤ ਲੈ ਅਨੇਕਾਂ ਮੈਂ ਤਾਂ ਪੜ੍ਹਦੇ ਬਥੇਰਾ ਐਲ ਜ਼ਬਰਾ ਜ਼ਬੈਟਰੀ ਮੁਸ਼ਕਲ ਨਾਲ ਅੰਗਰੇਜ਼ਾਂ ਦੀ ਜ਼ੁਬਾਨ ਸਿੱਖੀ ਲਾਇਕ ਪ੍ਰੋਫੈਸਰਾਂ ਸਿਖਾਤੇ ਐਸੀ ਲੈਟਰੀ ਬਾਬੂ ਜੀ ਤੇ ਮਿਹਰ ਕਰੋ ਆਪਣਾ ਸਮਝ ਬੱਚਾ ਆਜੇ ਨਵੀਂ ਰਚਨੀ ਪੰਜਾਬੀ ਦੀ ਪੋਇਟਰੀ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਜਹਰਾ ਜਹੂਰ ਹਾਜ਼ਰਾ ਹਜ਼ੂਰ ਸਰਬ ਕਲਾ ਭਰਪੂਰ ਗੁਰਮਖੋ ਸ਼ਹੀਦ ਕੌਮਾਂ ਦਾ ਸਰਮਾਇਆ ਹੋਇਆ ਕਰਦੇ ਨੇ ਜਿਹੜੀ ਜਿਹੜੀ ਆਪਣੇ ਸ਼ਹੀਦਾਂ ਨੂੰ ਭੁੱਲ ਜਾਂਦੀ ਹੈ ਉਹ ਦੁਨੀਆਂ ਦੇ ਨਕਸ਼ੇ ਤੋਂ ਗਲਤ ਅੱਖਰ ਦੀ ਤਰ੍ਹਾਂ ਮਿਟ ਜਾਇਆ ਕਰਦੀ ਤੇ ਜਿਹੜੀ ਕੌਮ ਆਪਣੇ ਸ਼ਹੀਦਾਂ ਨੂੰ ਚੇਤਿਆਂ ਦੇ ਵਿੱਚ ਵਸਾ ਕੇ ਰੱਖਦੀ ਹੈ ਉਹਦੇ ਝੰਡੇ ਹਮੇਸ਼ਾ ਚੜ੍ਹਦੀ ਅਕਲਾਂ ਦੇ ਨਾਲ ਝੂਲਦੇ ਰਹਿੰਦੇ ਨੇ ਸਿਆਣਿਆਂ ਦਾ ਕਥਨਿਆ ਕਹਿੰਦੇ ਜੇਕਰ ਕਿਸੇ ਕੌਮ ਦੀ ਉਮਰ ਦੇਖਣੀ ਹੋਵੇ ਤੇ ਇਹ ਦੇਖੋ ਕਿ ਇਸ ਕੌਮ ਦੇ ਬਾਨੀ ਦਾ ਜਨਮ ਕਦੋਂ ਦਾ ਹੈ ਉਹਦੇ ਜਨਮ ਤੋਂ ਲੈ ਕੇ ਚੱਲ ਰਹੇ ਸਮੇਂ ਦੇ ਨਾਲ ਕੰਪੈਰੀਜ਼ਨ ਕਰਕੇ ਮਿਲਾਪ ਕਰਕੇ ਤੇ ਕੌਮ ਦੀ ਉਮਰ ਪਤਾ ਲੱਗ ਜਾਵੇਗੀ ਪਰ ਜੇਕਰ ਕਿਸੇ ਕੌਮ ਦੀ ਜੜ ਦੇਖਣੀ ਹੋਵੇ ਤੇ ਇਹ ਦੇਖਣਾ ਪਵੇਗਾ ਕਿ ਇਸ ਕੌਮ ਦੇ ਬਾਨੀ ਦੇ ਜਨਮ ਤੋਂ ਬਾਅਦ ਕਿੰਨੇ ਕੁ ਲੋਕਾਂ ਨੇ ਇਸ ਕੌਮ ਨੂੰ ਉਭਾਰਨ ਦੇ ਲਈ ਕਿੰਨੇ ਕੁ ਲੋਕਾਂ ਨੇ ਇਸ ਕੌਮ ਨੂੰ ਬਚਾਉਣ ਦੇ ਲਈ ਆਪਣੇ ਸਿਰਾਂ ਦੇ ਬਲੀਦਾਨ ਦਿੱਤੇ ਆ ਤੇ ਸਾਡੇ ਇਹ ਵੱਡਾ ਇਤਿਹਾਸ ਆਇਆ ਹੈ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਤੇ ਪਾਤਸ਼ਾਹ ਪੰਜਵੇਂ ਨਾਨਕ ਐਸਾ ਸ਼ਹੀਦੀਆਂ ਦਾ ਰਾਹ ਪੱਧਰਾ ਕਰ ਗਏ ਕਿ ਸਾਡੀ ਕੌਮ ਦੇ ਵਿੱਚ 365 ਦਿਨਾਂ ਦੇ ਵਿੱਚ ਇੱਕ ਵੀ ਪਲ ਅਜਿਹਾ ਨਹੀਂ ਹੋਵੇਗਾ ਜਿਸ ਪਲ ਦੇ ਉੱਤੇ ਸਾਡੇ ਕਿਸੇ ਸੂਰਬੀਰ ਯੋਧੇ ਨੇ ਸ਼ਹਾਦਤ ਦਾ ਜਾਮਨਾ ਪੀਤਾ ਹੋਵੇ
ਸਦੀ ਦਾ ਸਰਾਸਰ ਜਰਨੈਲ ਜੀ ਜਿਨੇ ਕੀਤਾ ਸਿੱਖ ਸੋ ਮਤਾਈ ਕੈਲ ਜੀ ਅੱਧੀ ਸਦੀ ਦੀ ਜਮੀ ਵਿਲਾਹੀ ਮੈਲ ਜੀ ਜਦੋਂ ਸਿੱਖਾਂ ਨੇ ਗਵਾਰਿਆ ਸੀ ਸਿੱਖੀ ਸ਼ਾਨ ਨੂੰ ਪਾਇਆ ਪਿੰਡਰਾਂ ਵਾਲੇ ਨੇ ਕੌਮ ਵਿੱਚ ਜਾਨ ਨੂੰ ਮਾਨ ਯਾਰ ਘਰ ਕੋਲ ਲੈ ਜਨਮ ਨੂੰ ਸਿੱਖੀ ਸਾਰ ਸ਼ੁਰੂ ਕਰਿਆ ਕਰਮ ਨੂੰ ਕੌਣ ਫਾੜ ਜਾਂਦ ਦੇਖਿਆ ਕਰਮ ਨੂੰ ਉਹਨਾਂ ਤੱਕੇ ਬੋਕ ਸੂਤ ਦੇ ਸਿੱਖੀ ਸੀ ਟਿੰਗੜੇ ਸੁੱਤੀ ਕੌਮ ਨੂੰ ਜਗਾਇਆ ਜਰਨੈਲ ਸਿੰਘ ਨੇ ਸਿੱਖ ਗੁਰੂਆਂ ਤੇ ਬਾਣੀ ਬਾਈ ਨੀਵਾ ਕਹਿੰਦਾ ਸੀ ਗੱਦੀ ਸ਼ਬਦ ਗੁਰੂ ਤੋਂ ਉੱਚੀ ਲਾ ਕੇ ਬੈਠਾ ਸੀ ਉਹਨੂੰ ਪੂਰੀ ਸੀ ਬੱਲ ਸਰਕਾਰ ਦੀ ਜਿਹੜੀ ਸਿੱਖਾਂ ਨੂੰ ਸੀ ਮੁਰਸੋ ਦਰਕਾਰ ਦੀ ਲੱਗੀ ਉਂਗਲ ਸੀ ਨਾਲ ਗੱਡ ਨਾਰ ਦੀ ਸਿਰ ਚੜੇ ਜਾਣਕਾਰੀ ਇੰਡੀਆ ਦੀ ਕੰਗਣੇ ਸੁੱਤੀ ਕੌਮ ਨੂੰ ਜਗਾਇਆ ਜਰਨੈਲ ਸਿੰਘ ਨੇ ਸੁੱਤੀ ਕੌਮ ਨੂੰ ਜਗਾਇਆ ਜਰਨੈਲ ਸਿੰਘ ਨੇ ਸਨ 77 ਵਸਾਖੀ ਦਾ ਦਿਹਾੜਾ ਸੀ ਗੁੰਡੀ ਜਾਂਦੇ ਦਾ ਬਚਨ ਇੱਕ ਲਾੜਾ ਸੀ ਸਿੱਖ ਗੁਰੂਆਂ ਨੂੰ ਬੋਲਦਾ ਜੋ ਮਾੜਾ ਸੀ ਗਏ ਸਿੰਘ ਸਮਝਾਉਣ ਸ਼ਾਂਤੀ ਨੂੰ ਤਾਰ ਕੇ ਨਰਕ ਤਾਰੀਆਂ ਸ਼ਹੀਦ ਸ਼ਹੀਦੇ ਗੋਲੀ ਮਾਰ ਕੇ ਰਹਿੰਦੀ ਗੱਜ ਦੀ ਕਸਰ ਮੈਦਾਨ ਚੌਂਕ ਸੀ ਉੱਤੇ ਇੰਦਰਾ ਦੇ ਛੱਡੇ ਰਹੇ ਭੌਂਕ ਸੀ ਸਿੰਘ ਮਾਰ ਤੇ ਚੜ ਝੂਠਾ ਟੌਂਕ ਸੀ ਛੁੱਟੀ ਛੁੱਟੀ ਸਰ ਪਰ ਸਿੱਤੇ ਵਰ ਲਿੰਗ ਨੇ ਸੁੱਤੀ ਕੌਮ ਨੂੰ ਜਗਾਇਆ ਜਰਨੈਲ ਸਿੰਘ ਨੇ ਸੁੱਤੀ ਕੌਮ ਨੂੰ ਜਗਾਇਆ ਜਰਨੈਲ ਸਿੰਘ ਨੇ ਬੜੀ ਅੱਤ ਲਾ ਲੈ ਜਗਤੇ ਨੇ ਚੁੱਕੀ ਸੀ ਬਈ ਬੜੀ ਅੱਤ ਲਾ ਲੈ ਜਗਤੇ ਨੇ ਚੁੱਕੀ ਸੀ ਟਕਸਾਲੀਆਂ ਨੂੰ ਕਹਿੰਦਾ ਇੰਗੀ ਦੁੱਕੀ ਸੀ ਚੋਗ ਲੋਗ ਲਾ ਜਹਾਨੋਂ ਜਾਣੀ ਜਾਣੀ ਸੀ ਉਹਨੂੰ ਸਮਝ ਆਇਆ ਸਾਇਆ ਨੇ ਬਥੇਰੀ ਵੇਰ ਫੇਰ ਕਾਬੂ ਆ ਗਿਆ ਨਛੱਤਰ ਨੇ ਦਿੱਤਾ ਢੇਰ ਸੀ ਛੇੜ ਛੇੜ ਕੇ ਜਗਾਇਆ ਸੁੱਤਾ ਸ਼ੇਰ ਸੀ ਨਰਕ ਧਾਰੀਆਂ ਨੂੰ ਦਿੱਤਾ ਜਦੋਂ ਢੇਰ ਸੀ ਫਿਰ ਲਾਈ ਬੋਲੀ ਸਿੰਘਾਂ ਨੇ ਨਾ ਦੇਰ ਸੀ ਤੁਰੋ ਆ ਗਈਆਂ ਸੀ ਜਦੋਂ ਜੱਤੀਆਂ ਬਰੰਗ ਨੇ ਸੁੱਤੀ ਕੌਮ ਨੂੰ ਜਗਾਇਆ ਜਰਨੈਲ ਸਿੰਘ ਨੇ ਸੁੱਤੀ ਕੌਮ ਨੂੰ ਜਗਾਇਆ ਜਰਨੈਲ ਸਿੰਘ ਨੇ ਖੱਪੀ ਖਾਨ ਸੈਂਸੀ ਖੁਸ਼ਕੀ ਕਹਾਉਂਦੇ ਸੀ ਟੱਕੇ ਨਾਲ ਕੇਸ ਸਿੰਘਾਂ ਦੇ ਕਟਾਉਂਦੇ ਸੀ ਤੀਆਂ ਪੈਣਾ ਤੇ ਜਬਰ ਮੈਂ ਕਟਾਉਂਦੇ ਸੀ ਇਹ ਪਿੰਡਰਾਂ ਵਾਲੇ ਨੇ ਜਿਉਂਦੇ ਰਹਿਣ ਰਹਿਣ ਪੀ ਕੇ ਵੈਸ ਵੀ ਸਵਾਕ ਵਿੱਚ ਪੈਣ ਦੇਣ ਨੀ ਜਿਹੜਾ ਕਰਿਆ ਕਰੇ ਪਾਣੀ ਦਾ ਵਿਰੋਧ ਬਈ ਮੈਨੂੰ ਉਹਦੇ ਉੱਤੇ ਆਉਂਦਾ ਹੈ ਕਰੋਧ ਬਈ ਚੱਕੋ ਹੱਥੀ ਯਾਰੀ ਯਾਰੀ ਉਹਨੂੰ ਸੋਧ ਬਈ ਆਪੇ ਸਾਹਬ ਨੂੰ ਮੈਂ ਭਾਵੇਂ ਲੀਡਰ ਦੜੇਂਗਣੇ ਸੁੱਤੀ ਕੌਮ ਨੂੰ ਜਗਾਇਆ ਜਰਨੈਲ ਸਿੰਘ ਨੇ ਸੁੱਤੀ ਕੌਮ ਨੂੰ ਜਗਾਇਆ ਜਰਨੈਲ ਸਿੰਘ ਨੇ ਇਹਨਾਂ ਉਪਕਾਰ ਗੁਰਾਂ ਦੇ ਭੁਲਾਏ ਦੀ ਜਿੰਨਾ ਹਿੰਦੂ ਰਾਜ ਕੈਦਾਂ ਚੋਂ ਛੁਡਾਏ ਦੀ ਹਿੰਦੂ ਧਰਮ ਵਾਲੀ ਸੀਸ ਪੇਟ ਲਾਏ ਦੀ ਜਦੋਂ ਤੋੜ ਤੇ ਜਨੇਊ ਵਾਲ ਮੰਨੇ ਲੈਣ ਲੈ ਕਹਿੰਦੇ ਗੁਰੂ ਜੀ ਬਚਾਓ ਆਏ ਰੋਂਦੇ ਪਿੰਡ ਦੇ ਜਦੋਂ ਜੱਸੀਆਂ ਉਹ ਰੰਗ ਜਿਬ ਜਲੀਆਂ ਨੀਆਂ ਪੈਣਾ ਪਿਆ ਉੱਡੀਆਂ ਸੀ ਜਲੀਆਂ ਉਦੋਂ ਫਿਰ ਉੱਤੇ ਸਿਰੋਂ ਸੇ ਵੰਦ ਬਿੱਲੀਆਂ ਬਾਜ ਨਿਕਲੇ ਨਰੇ ਨੇ ਮਸਾ ਬਿੰਗ ਤਿੰਗ ਨੇ ਸੁੱਤੀ ਕੌਮ ਨੂੰ ਜਗਾਇਆ ਜਰਨੈਲ ਸਿੰਘ ਨੇ ਸੁੱਤੀ ਕੌਮ ਨੂੰ ਜਗਾਇਆ ਜਰਨੈਲ ਸਿੰਘ ਨੇ ਕੋਈ ਕਹੇ ਸੰਤ ਬੰਦੇ ਮਾਰਵਾਉਂਦਾ ਹੈ ਕੋਈ ਕਹੇ ਹਥਿਆਰ ਮੰਗਵਾਉਂਦਾ ਹੈ ਕੋਈ ਕਹੇ ਹੈਟ ਲਿਸਟ ਬਣਾਉਂਦਾ ਹੈ ਕਈ ਆਖਦੇ ਕਿ ਸੰਤ ਹਿੰਦੂਆਂ ਤੇ ਲੱਗਦਾ ਪਰ ਸੂਰਜ ਦੇ ਅੱਗੇ ਕਦੋਂ ਦੀਵਾ ਜਾਗਦਾ ਕੀਤਾ ਸੰਤਾਂ ਨੇ ਐਦਾਂ ਪ੍ਰਚਾਰ ਬਈ ਇਨਫੀਲਡ ਤੇ ਲਵੋ ਹਥਿਆਰ ਬਈ ਕਿਸੇ ਕਾਰਨਾਂ ਨੇ ਹੱਥ ਤੇ ਨਾ ਵਾਰ ਬਈ ਪਰ ਵਿੰਗੇ ਟੇਡਿਆਂ ਦੇ ਕੱਢ ਦੇਣੇ ਵਿੰਗ ਨੇ ਸੁੱਤੀ ਕੌਮ ਨੂੰ ਜਗਾਇਆ ਜਰਨੈਲ ਸਿੰਘ ਨੇ ਸੁੱਤੀ ਕੌਮ ਨੂੰ ਜਗਾਇਆ ਜਰਨੈਲ ਸਿੰਘ ਨੇ ਉਹ ਧੰਨ ਸਿੰਘ ਸ਼ੇਰਾ ਰੋਡੇ ਪਿੰਡ ਵਾਲਿਆ 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 ਧੰਨ ਸਿੰਘ ਸ਼ੇਰਾ ਰੋਡੇ ਪਿੰਡ ਵਾਲਿਆ ਸੁੱਤੀ ਕੌਮ ਨੂੰ ਹਲੂਣਾ ਦੇ ਜਗਾ ਲਿਆ ਤੇਰੀ ਸੋਚ ਤਾਂ ਹੀ ਸਿੰਘਾਂ ਅਪਣਾ ਲਿਆ ਗਲੋਂ ਸਿੰਘਾਂ ਦੇ ਗੁਲਾਮੀ ਲਾਉਣੀ ਐ ਜ਼ਰੂਰ ਜੀ ਜਿੰਨਾ ਤੋੜੇ ਵਈ ਤੇ ਗਾਂਧੀ ਪਿਆਂਤੇ ਦੇ ਗਰੂਰ ਜੀ ਗੁਰ ਮੇਲ ਜੇ ਕਰਾਉਣੀ ਬੱਲੇ ਬੱਲੇ ਬਈ ਇਕੱਠੇ ਹੋਣਾ ਪਊ ਨਿਸ਼ਾਨ ਸਾਹਿਬ ਥੱਲੇ ਬਈ ਬਿਨਾਂ ਇੱਕ ਵੈਰੀ ਜਾਣੇ ਨਾ ਤਾਂ ਬੱਲੇ ਬਈ
जेड़े बने सिखी लई खतरे दा चिन्ह ने सुती कौम नूं जगाया जरनैल सिंह ने सुती कौम नूं जगाया जरनैल सिंह ने साडे गोल दस्तारां चुभदियां ने कीता चुभदा ए कौल करार तैनू साडे हिरदे च बैठा जरनैल चुभदा साडा चुभदा ए उस नाल प्यार तैनू डुल्ला खून ना शहीदां दा अजाई जाना लै डुब्बेगा करजे दा भार तैनू दिल्ली हकूमत दिलां दी खोटी नहीं झलनी पैनी है सिंघां दी मार तैनू झलनी पैनी है सिंघां दी मार तैनू महापुरख संत ज्ञानी जरनैल सिंह खालसा भिंडरां वालियां दी इस वंगार नूं कबूलदे होया नौजवानां ने अपने निजी घर बार छड के ते कौमी घर बनाउण दा फैसला कर लिया। नौजवानां नूं ए जापन लग पिया कि वाकई सानूं दिल्ली पैरां हेठ लताड़ देवेगी जेकर हुण असीं अपने हक्कां दी गल ना कीती। ते इधरों संतां दी चढ़त देख के पंजाब दे कुछ सिख चेहरे वाले लीडर जिन्हां नूं आपां सारे भली भांत जाणदे हां बादल टौड़े लौंगो वर्ग दरबारे सिंह वर्गिया ने दिल्ली दरबार नूं चिट्ठियां लिख दित्तियां कि जेकर संत जरनैल सिंह नूं हुण ना रोकिया गया ते आउण वाले समें दे विच तुहाडे ते साडे दोवां दे राह दा रोड़ा बनेगा तुहाडी ते साडी दोवां दी कुर्सी हथों जांदी रहेगी जेकर संत जरनैल सिंह नूं ना रोकिया क्योंकि लोग अपने निजी घरां दे फैसले भिंडरां वाले दी कचहरी दे विच लिजाण लग पए जो जेडे केस कोर्ट कचहरियां दे विच किन्ने किन्ने सालां तो लटकदे पए सी ओह केस भिंडरां वाले दी कचहरी दे विच जाके कुछ घंटियां दे विच निपरे चढ़ जांदे आ ते ओह तुरंत इन्हां दे फैसले कर दिंदा है। कुछ लोगों ने अफवाहां डाइयां कि संत जरनैल सिंह हथियारां दी भरमार कर रहा कुछ आखदे ने कि हिंदुआं दे कट्टड़ विरोधी आ कुछ आखदे ने कि नौजवानां दी हिट लिस्ट बना रहे आ पर गुरमुखो महापुरख संत ज्ञानी जरनैल सिंह खालसा भिंडरां वाले अक्सर स्टेजां तो यह बचन करिया करदे ने कि धी चाहे किसी हिंदू की होवे धी चाहे किसी मुसलमान की होवे धी चाहे किसी सिख की होवे जिहड़ा उहदी इज्जत नाल खेडण की कोशिश करता उहदी बेपत्ती करता उहनूं सोध के गड्डी चढ़ा के मेरे कोल आ जाओ तो मैं सांभांगा। अजिहा जरनैल किसी कौम कोल अज तक ना होया ते ना होवेगा जिहड़ा सर्ब सांझी वालता की गल करता होवे। पर दिल्ली दरबार जिहड़ी पहले सिखां दी नसल कुशी करना चाहुंदी सी ये आखदी आ कि मैनू लगदा सी कि तुसी साडे राह दे विच रोड़े बणोगे असी तां पहले ही ये कुछ भालदे सी पर तुहाडियां चिट्ठियां दे नाल साडा जिहड़ा ये राह है सिखां नूं खत्म करन वाला वा होर भी पद्धरा हो गया। बीबी इंदिरा गांधी ने अपने जरनलां करनलां नूं सद्या है हदायतां दित्तियां कि किसी भी तरीके दे नाल संत जरनैल सिंह नूं जिउंदिआं जां मुरदिआं फड़ के मेरे कोल पेश कीता जावे। यह अकाल तख्त साहब तो मैनूं वंगारदा है यह मेरे हुक्म की परवाह कोई नहीं करता इन्हें अपनी फौज दे विच गभरू भर्ती कर ले ने इन्हे साडे गुरबचने नरकधारीए वर्गे साडे हामी मार दिते ने ते इहदे कोल जा जा के सारे हथियारे लुकदे ने किसे भी तरीके दे नाल टैंक लै जो तोपा लै जो किसी भी तरीके दे नाल भिंडरां वाला मैनू जिउंदिआं जां मुरदिआं चाहीदा है। किस तरह बीबी अपने जरनल करलां नूं हदायतां दिंदी है आओ कवतारी प्यार दे नाल सुनदे भिंडरां वाला लियावणा फड़ के मेरे पास खतरा है सरकार नूं सोचा मैं अड़वाणा जरनल करन नाल सद के कहिंदरा राणी सिरे उत्तों दी लंगिया कहिंदी हुण पापणी रोड़ वांगरा मेरिया अखां विच रड़के मार दिओ जरनैल सिंह जा लियावो फड़के मार दिओ जरनैल सिंह जा लियावो फड़के ओ जरनल करन नाल सद के कहिंदरा राणी सिरे उत्तों दी लंगिया कहिंदी हुण पापणी रोड़ वांगरा मेरिया अखां विच रड़के मार दिओ जरनैल सिंह जा लियावो फड़के मार दिओ जरनैल सिंह जा लियावो फड़के ओ दिल्ली दे जो तख्त तों भोरा ना डरदा जेड़ा मेरे हुक्म दी परवाह ना करदा हाकी आखदा लवांगा
ਤੁਹਾਡੇ ਤੋਂ ਲੜ ਕੇ ਮਾਰਦੇ ਹੋ ਜਰਨੈਲ ਸਿੰਘ ਜਾਂ ਲਿਆਵੋ ਫੜ ਕੇ ਮਾਰਦੇ ਹੋ ਜਰਨੈਲ ਸਿੰਘ ਜਾਂ ਲਿਆਵੋ ਫੜ ਕੇ ਹੋ ਗੁਰਬਚਨ ਸਿੰਘ ਜੈ ਅਸਾਂ ਦੇ ਉਹਨੇ ਹਮ ਹੀ ਮਾਰੇ ਲੁਕਦੇ ਉਹਦੇ ਕੋਲ ਨੇ ਸਭ ਜਾਹਤ ਯਾਰੇ ਮੈਨੂੰ ਤੱਕ ਤੇ ਕਾਲ ਤੋਂ ਬੰਗਾਰੇ ਖੜ ਕੇ ਮਾਰਦੇ ਹੋ ਜਰਨੈਲ ਸਿੰਘ ਜਾਂ ਲਿਆਵੋ ਫੜ ਕੇ ਮਾਰਦੇ ਹੋ ਜਰਨੈਲ ਸਿੰਘ ਜਾਂ ਲਿਆਵੋ ਫੜ ਕੇ ਉਹ ਗਨ ਮਸ਼ੀਨਾ ਬੀਰ ਲਓ ਤੁਸੀਂ ਪਾਸੇ ਚਾਰੇ ਲੈ ਬੱਕਰ ਬੰਦ ਗੱਡੀਆਂ ਪਾ ਦਿਓ ਖਲਾਰੇ ਹੱਲਾ ਬੋਲੋ ਉਸ ਤੇ ਕਰੜਾਈਆਂ ਕਰਕੇ ਮਾਰਦੇ ਹੋ ਜਰਨੈਲ ਸਿੰਘ ਜਾਂ ਲਿਆਵੋ ਫੜ ਕੇ ਮਾਰਦੇ ਹੋ ਜਰਨੈਲ ਸਿੰਘ ਜਾਂ ਲਿਆਵੋ ਫੜ ਕੇ ਹੋਏ ਵਰਤਾਰੀ ਦਿਸੇ ਜੋ ਸਭ ਮਾਰ ਮਕਾਵੋ ਪਿੰਡਰਾਂ ਵਾਲਾ ਬੰਨ ਕੇ ਮਸ਼ਕਾਂ ਲੈ ਆਵੋ ਹੋਣੀ ਚਾਪੇ ਉਸ ਦੇ ਸਿਰ ਉੱਤੇ ਕਰਕੇ ਮਾਰਦੇ ਹੋ ਜਰਨੈਲ ਸਿੰਘ ਜਾਂ ਲਿਆਵੋ ਫੜ ਕੇ ਮਾਰਦੇ ਹੋ ਜਰਨੈਲ ਸਿੰਘ ਜਾਂ ਲਿਆਵੋ ਫੜ ਕੇ ਹੋ ਯਾਰ ਮਵਾਲੀ ਆਇਆ ਜੀ ਸਭ ਚੇਲੇ ਉਹਦੇ ਤੋਪਾਂ ਨਾਲ ਉਡਾ ਦਿਓ ਸਭ ਜੰਗੀ ਜੋਦੇ ਲਿਖੇ ਜਾਣ ਕੇ ਕੋਮਲਾ ਅੱਜ ਖੂਨੀ ਵਰ ਕੇ ਮਾਰਦੇ ਹੋ ਜਰਨੈਲ ਸਿੰਘ ਜਾਂ ਲਿਆਵੋ ਫੜ ਕੇ ਮਾਰਦੇ ਹੋ ਜਰਨੈਲ ਸਿੰਘ ਜਾਂ ਲਿਆਵੋ ਫੜ ਕੇ ਦਿੱਲੀ ਦਰਬਾਰ ਨੇ ਆਪਣੇ ਜਰਨਲਾਂ ਕਰਨਲਾਂ ਨੂੰ ਹਦਾਇਤਾਂ ਦੇ ਕੇ ਤੇ ਪੰਜਾਬ ਦੇ ਉੱਤੇ ਫੌਜ ਚਾੜ ਦਿੱਤੀ। ਇਤਿਹਾਸਕਾਰ ਦੱਸਦੇ ਨੇ ਕਿ 6 ਲੱਖ ਫੌਜ ਦੀ ਗਿਣਤੀ ਪੰਜਾਬ ਦੇ ਵਿੱਚ ਉਤਾਰੀ ਗਈ। ਦਿਨ ਚੁਣੇ ਗਏ ਉਹ ਜਦੋਂ ਸੰਗਤਾਂ ਨੇ ਪੰਜਵੇਂ ਨਾਨਕ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਮਨਾਉਣ ਲਈ ਦਰਬਾਰ ਸਾਹਿਬ ਇਕੱਤਰ ਹੋਣਾ ਸੀ, ਕਿਉਂਕਿ ਭਾਰਤ ਦੀ ਸਰਕਾਰ ਚਾਹੁੰਦੀ ਸੀ ਕਿ ਜਿੰਨੇ ਸਿੱਖਾਂ ਦਾ ਵੱਧ ਤੋਂ ਵੱਧ ਕਤਲੇਆਮ ਕੀਤਾ ਜਾਵੇ ਓਨਾ ਹੀ ਸਾਡਾ ਫਾਇਦਾ ਹੈ। ਕੁਝ ਲੋਕਾਂ ਦਾ ਇਹ ਵਿਚਾਰ ਆ, ਕੁਝ ਸਾਡੇ ਬਹੁਤੇ ਸੂਝਵਾਨ ਲੋਕਾਂ ਦਾ ਇਹ ਸੁਝਾਅ ਹੈ ਕਿ ਜੇਕਰ ਸੰਤ ਜਰਨੈਲ ਸਿੰਘ ਆਪਣੇ ਹਥਿਆਰਬੰਦ ਸਾਥੀ ਸਿੰਘਾਂ ਦੇ ਨਾਲ ਅਕਾਲ ਤਖਤ ਸਾਹਿਬ ਦੇ ਉੱਤੇ ਨਾ ਜਾਂਦੇ ਤਾਂ ਸ਼ਾਇਦ ਇਹ ਹਮਲਾ ਨਹੀਂ ਸੀ ਹੋਣਾ। ਪਰ ਜਨਰਲ ਕੁਲਦੀਪ ਬਰਾੜ ਆਪਣੀ ਕਿਤਾਬ ਆਪਰੇਸ਼ਨ ਬਲੂ ਸਟਾਰ ਦੇ ਵਿੱਚ ਲਿਖਦਾ ਹੈ ਕਿ ਸਾਨੂੰ ਸੰਨ 1982-83 ਦੇ ਵਿੱਚ ਦੇਹਰਾਦੂਨ ਦੀਆਂ ਪਹਾੜੀਆਂ ਦੇ ਵਿੱਚ ਲਿਜਾ ਕੇ ਦਰਬਾਰ ਪ੍ਰੋਪਰ ਮਾਡਲ ਬਣਾ ਕੇ ਸਪੈਸ਼ਲ ਟ੍ਰੇਨਿੰਗ ਦੇਣ ਗਈ ਸੀ ਕਿ ਕਿਸ ਤਰ੍ਹਾਂ ਹਮਲਾ ਕਰਨਾ ਹੈ। ਸੰਨ 1982-83 ਦੇ ਵਿੱਚ ਸੰਤ ਜਰਨੈਲ ਸਿੰਘ ਨੇ ਅਜੇ ਧਰਮ ਯੁੱਧ ਮੋਰਚਾ ਆਰੰਭ ਹੀ ਨਹੀਂ ਸੀ ਕੀਤਾ। ਇਸ ਤੋਂ ਸਿੱਧਾ ਸਿੱਧਾ ਸੰਭਾਇ ਕੇ ਸਿੱਖਾਂ ਦੀ ਨਸਲ ਕੁਸ਼ੀ ਕਰਨਾ ਸਰਕਾਰ ਦੀ ਨੀਤੀ ਸੀ। ਭਾਰਤ ਦੀ ਸਰਕਾਰ ਸਿੱਖਾਂ ਨੂੰ ਕਿਸੇ ਵੀ ਤਰ੍ਹਾਂ ਮਾਰਨਾ ਚਾਹੁੰਦੀ ਸੀ, ਲਤਾੜਨਾ ਚਾਹੁੰਦੀ ਸੀ, ਕਿਉਂਕਿ ਜੇਕਰ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਗੱਲ ਹੁੰਦੀ ਜਾਂ ਉਹਨਾਂ ਦੇ ਸਾਥੀ ਸਿੰਘਾਂ ਦੀ ਗੱਲ ਹੁੰਦੀ ਤੇ ਉਹਨਾਂ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਹੋਰ 39 ਗੁਰੂ ਘਰਾਂ ਦੇ ਉੱਤੇ ਹਮਲੇ ਹੋਏ ਕਿ ਸਾਰਿਆਂ ਵਿੱਚ ਸੰਤ ਜਰਨੈਲ ਸਿੰਘ ਨਹੀਂ। ਨੀਤੀ ਕੁਝ ਹੋਰ ਚੱਲਦੀ ਸੀ, ਰਹੋ ਵਿਚਾਰ। ਕੁਝ ਹਿੱਸਾ ਪੰਜਾਬ ਦੇ ਵਿੱਚ ਸੀਆਰਪੀ ਦਾ ਖਿਲਾਰ ਦਿੱਤਾ ਗਿਆ, ਕੁਝ ਹਿੱਸੇ ਨੇ ਆ ਕੇ ਦਰਬਾਰ ਸਾਹਿਬ ਕੰਪਲੈਕਸ ਨੂੰ ਘੇਰਾ ਪਾਇਆ ਹੈ। ਮਹਾਂਪੁਰਖ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਸਾਰੀ ਸਮੇਂ ਦੀ ਲਿਆਕਤ ਸਮਝਦਿਆਂ ਨੌਜਵਾਨਾਂ ਦੀ ਇੱਕ ਮੀਟਿੰਗ ਸੱਦੀ ਆ। ਉਸ ਮੀਟਿੰਗ ਦੇ ਵਿੱਚ ਹਦਾਇਤਾਂ ਕਰ ਦਿੱਤੀਆਂ ਕਿ ਕਿਸੇ ਵੀ ਸੂਰਬੀਰ ਯੋਧੇ ਨੇ ਪਹਿਲਾਂ ਗੋਲੀ ਨਹੀਂ ਚਲਾਉਣੀ। ਜਿੰਨੇ ਕਿ ਸਾਡੇ ਕੋਲ ਹਥਿਆਰ ਆ ਇਹ ਬੜੇ ਸੀਮਤ ਆ। ਭਾਰਤ ਦੀ ਫੌਜ ਅੱਗੇ ਸਾਡੇ ਕੋਲ ਜਿਹੜੇ ਹਥਿਆਰ ਨੇ ਬਹੁਤ ਘੱਟ ਮਾਤਰਾ ਦੇ ਵਿੱਚ ਆ, ਇਸ ਕਰਕੇ ਸਾਡੀ ਗੋਲੀ ਅਜਾਈ ਨਹੀਂ ਜਾਵੇਗੀ ਤੇ ਸਿੱਖ ਦਾ ਫਰਜ਼ ਆ ਕਿ ਪਹਿਲਾਂ ਵਾਲ ਕਿਸੇ ਤੇ ਕਰਨਾ ਨਹੀਂ ਤੇ ਫਿਰ ਚੜ ਕੇ ਆਇਆ ਜਾਨ ਨਹੀਂ ਜੋ ਦੇਣਾ। ਪਹਿਲਾਂ ਕਿਸੇ ਨੇ ਗੋਲੀ ਨਹੀਂ ਚਲਾਉਣੀ ਜਦੋਂ ਤੱਕ ਫੌਜ ਵੱਲੋਂ ਪਹਿਲ ਨਹੀਂ ਕੀਤੀ ਜਾਂਦੀ। ਸਾਡਾ ਪੰਜਾਬੀਆਂ ਦਾ ਧਰਮ ਆ, ਜਦੋਂ ਸਾਡੇ ਘਰ ਕੋਈ ਰਿਸ਼ਤੇਦਾਰ ਸੱਜਣ ਮਿੱਤਰ ਆਵੇ ਉਹ ਜਿਸ ਤਰੀਕੇ ਦਾ ਸੁਨੇਹਾ ਲੈ ਕੇ ਆਵੇ ਤੇ ਅਸੀਂ ਉਸੇ ਤਰੀਕੇ ਦੇ ਨਾਲ ਉਹਨੂੰ ਚਾਹ ਪਾਣੀ ਛਕਾਉਂਦੇ ਆ। ਜੇਕਰ ਕੋਈ ਮਰਦ ਦਾ ਸੁਨੇਹਾ ਲੈ ਕੇ ਆਵੇ ਤੇ ਅਸੀਂ ਉਹਨੂੰ ਕੱਲੀ ਚਾਹ ਪਿਆ ਕੇ ਮੋੜ ਦਿੰਦੇ ਆ, ਤੇ ਜੇ ਕੋਈ ਜੰਮੇ ਦੀ ਲੈ ਕੇ ਆਵੇ, ਕੋਈ ਵਿਆਹ ਦੀ ਗੱਲ ਲੈ ਕੇ ਆਵੇ ਤੇ ਉਹਨੂੰ ਚਾਹ ਪਾਣੀ ਦੇ ਨਾਲ ਮਠਾਈ ਵੀ ਛਕਾਉਂਦੇ ਆ। ਤੇ ਜੇ ਕੋਈ ਆਵੇ ਤੇ ਮੈਂ ਡਾਂਗ ਲੈ ਕੇ ਤੇਰੇ ਤੇ ਚੜ ਕੇ ਆਇਆ ਤੈਨੂੰ ਕੁੱਟਣ ਆਇਆ ਹੈ, ਫਿਰ ਅਸੀਂ ਨਾਲੇ ਤੋਂ ਦੀ ਡਾਂਗ ਖੋ ਲੈਨੇ ਹੁੰਦੇ ਆ ਤੇ ਨਾਲੇ ਫਿਰ ਉਸੇ ਡਾਂਗ ਨਾਲ ਦੇ ਮੂੰਹ ਦੇ ਮੌਰਤ ਤੇ ਕਰ ਦਿੰਨੇ ਆ। ਇਹ ਸਾਡਾ ਅਸੂਲ ਆ, ਆਏ ਗਏ ਨੂੰ ਦੇਗ ਪੱਕੀ ਤੇ ਚੜ ਕੇ ਆਏ ਨੂੰ ਦੇਗ ਸਾਡਾ ਅਸੂਲ ਆ, ਸਾਡਾ ਧਰਮ ਆ। ਇਸੇ ਤਰ੍ਹਾਂ ਹੋਇਆ
भारत की सरकार ने फौज दी अखां विच चम चम के भिंडरा वाला अंबड़ा खाने दा टोला लेके बैठा है असि कुछ घंटियां दे विच सारा तामझा मंगा के कल दी दोपहर तक संत जरनैल सिंह नूं जिउंदिया जां मुरदिया किसी भी हालत दे विच दिल्ली दरबार इंदिरा गांधी दे पेश कर देवांगे पर इन्हां नूं इस गल दा नहीं सी पता कि अंदर ओह बैठे ने जिन्हां दी कंड दे उत्ते थापड़ा है गुरु हरगोबिंद साहिब सच्चे पातशाह दा सत सत्य अकाल अंदर ओ बैठे ने जिन्ना दे चेहरे दे उत्ते प्रताप है कुर्बानी दा अंदर ओ बैठे ने जेड़े गुरु रामदास सच्चे पातशाह दे चरणां तों अपना आप कुर्बान करन दे लई त्यार बैठे ने भारत दी फौज ने इह सारे कुछ हल्के हत्थी लैंदे होया 2200 जवान दी इक टुकड़ी त्यार कीती जिस नूं 1700 जवान दी पहले हले सिंगा ने फौज दे
जवाब दिता के चीख चिहाड़ा पै गया हथा पैर पै गई लिटते हुए आए सी कारण जेकर कोई बर्दाश्त नहीं होना गुरु ग्रंथ साहिब पातशाह दबाउण वाला वड्डा है कि कसम खा रहे हां ओह वड्डा होया मैं कुछ भी हो जावे गुरु दे पक्ष में लड़ांगा मेरी जिन्नी जिंदगी हुण तक बीती है मैं देश दे लेखे लाई आ ते जिन्नी कु रह गई आ मैं पंथ दे लेखे लाउणा चाहुंदा मैं कौम दे लेखे लाउणा चाहुंदा मैं कौम दे लई शहादतां दे जाम ते जांगा अज दे दिन 5 जून 1984 नूं शहीद भाई जनरल सुबेग सिंह दी शहादत दे जाम पीते गुरमुखो महापुरख संत ज्ञानी जरनैल सिंह खालसा पिंडरा वालेयां दे कोल मुट्ठी भर सिंह ने फिर कमांडो मंगाए गए कमांडो जेडे कमांडो जिन्हां नूं तैयार करन दे लई इक उत्ते करोड़ां रुपया खर्चा खर्च हुंदा कमांडो दरबार पर जिउंदे मुड़दे नहीं जाने चाहिए जंग भारतीय हुकूमत से लड़दा टकसाल मोकी सोकी सर नैले
गुरु चमकौर याद रखो इतिहास अपने आप नूं दोहरांदा है चमकौर दी कदी घड़ी दे विच मुट्ठी भर सिंह ने लखां दा मुकाबला कीता ओ इतिहास 1984 दे विच फिर दोहराया गया मुट्ठी भर सिंह ने महापुरख संगनी जरनैल सिंह खालसा भड्डरा वाले ने गवाई दे विच भारतीय फौज दा मुकाबला कीता जिथे फौज दी गिनती लखां सी ते सिंघां दी गिनती कुछ देखी कि
दूसरी बार
अपनी दूसरी बच्ची बीबी वाहेगुरू कौर दे लक दे नाल बंब बन के टैंक दे उपर सेट दिता जेड़े लोग आखदे सी ना अफवाहां डाउंदे सी कि संत जरनैल सिंह बंब बनाउंदा है ते अज वाकई उन्होंने साबित कर दिता कि संत जरनैल सिंह बंब बनाउंदा सी महापुरख अक्सर स्टेजां तों वचन करया करदे ने कि भिंडरां वाले दे बंब आ जिन्ने तुरदे फिरदे आ सारे बंबी आ जिन्ने अमृतधारी सिंह आ ना ये सारे भिंडरां वाले दे बंब आ ते उन्होंने साबित भी कीता कि असीं तुरदे फिरदे बंब आ वारी 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 चारे जाने समेत सिंह नी भाई मोहर सिंह होनी शहादत दे जाम पी गए ए तां ओह सी जिन्ना नूं असला दित्ता गया सी उत्थे लड़ाई करन दे लई जंग लड़न दे लई जिन्ना कोल आरडीएक्स सी ते गुरमुख इक दर्शन करन दे लई संगत दे विच आया सी निहंग सिंह जिथे शहीद बाबा दीप सिंह साहब जी दा स्थान आ ना ਉਸ ਜਗ੍ਹਾ ਦੇ ਉੱਤੇ ਇੱਕ ਨਿਹੰਗ ਸਿੰਘ ਨੇ ਵਰਸ਼ੇ ਦੇ ਨਾਲ ਤਕਰੀਬਨ ਅੱਧਾ ਪੌਣਾ ਘੰਟਾ ਟੈਂਕ ਰੋਕੀ ਰੱਖਿਆ ਸੀ ਆਖੋ ਸਤਨਾਮ ਤੇਰੀ ਵਾਹਿਗੁਰੂ ਇਹ ਦਲੇਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਦਰ ਤੋਂ ਮਿਲਦੀ ਆ ਗੁਰੂ ਕਲਗੀਧਰ ਪਾਤਸ਼ਾਹ ਦੇ ਖੰਡੇ ਬਾਟੇ ਦੀ ਪਹੁਲ ਚੋਂ ਮਿਲਦੀ ਆ ਇੱਕ ਵਰਸ਼ੇ ਦੇ ਨਾਲ ਟੈਂਕ ਨੂੰ ਰੋਕਤਾ ਤੇ ਫਿਰ ਅਖੀਰ ਉਸੇ ਟੈਂਕ ਦੇ ਗੋਲੇ ਦੇ ਨਾਲ ਚੀਕਰ ਚੀਕਰ ਹੋ ਕੇ ਉੱਡ ਗਿਆ ਸਾਊਂਡ ਵਾਲੇ ਵੀਰ ਨੂੰ ਬੇਨਤੀ ਨੂੰ ਛੇੜ ਨਾ ਹੁਣ ਰਹੋ ਵਿਚਾਰ ਭਾਰਤ ਦੀ ਸਰਕਾਰ ਨੇ ਟੈਂਕਾਂ ਦੇ ਨਾਲ ਹਮਲਾ ਕਰਨਾ ਚਾਹਿਆ ਦੁਨੀਆ ਦੀ ਸਰਵ ਉੱਚ ਅਦਾਲਤ ਆ UNO UNO ਦਾ ਸੰਵਿਧਾਨ ਕਹਿੰਦਾ ਹੈ UNO ਦਾ ਕਾਨੂੰਨ ਕਹਿੰਦਾ ਹੈ ਕਿ ਕੋਈ ਵੀ ਦੇਸ਼ ਆਪਣੇ ਦੇਸ਼ ਦੀ ਜਨਤਾ ਉੱਤੇ ਉਹ ਹਥਿਆਰ ਨਹੀਂ ਵਰਤ ਸਕਦਾ ਜਿਹੜੇ ਹੋਰ ਦੇਸ਼ਾਂ ਦੇ ਨਾਲ ਲੜਾਈ ਵੇਲੇ ਵਰਤੇ ਜਾਂਦੇ ਹੋਣ ਪਰ ਭਾਰਤ ਦੀ ਸਰਕਾਰ ਨੇ ਸਾਰਾ ਕਾਨੂੰਨ ਛਿੱਕੇ ਟਾਂਕੇ ਸਾਰਾ ਸੰਵਿਧਾਨ ਛਿੱਕੇ ਟਾਂਕੇ ਸਾਡੇ ਉੱਤੇ ਟੈਂਕਾਂ ਤੇ ਤੋਪਾਂ ਦੇ ਨਾਲ ਹਮਲਾ ਕੀਤਾ ਸਾਨੂੰ ਇਹ ਅਹਿਸਾਸ ਕਰਵਾਇਆ ਕਿ ਅਸੀਂ ਇਸ ਦੇਸ਼ ਦੇ ਵਾਸੀ ਨਹੀਂ ਤੇ ਜਦੋਂ ਅਸੀਂ ਖੁਦ ਆਖ ਦਈਏ ਕਿ ਅਸੀਂ ਇਸ ਦੇਸ਼ ਨੂੰ ਆਪਣਾ ਦੇਸ਼ ਨਹੀਂ ਮੰਨਦੇ ਫਿਰ ਇਹਨਾਂ ਦੇ ਧਰਨ ਪੈ ਜਾਂਦੀ ਆ ਕਹਿਣਗੇ ਜੀ ਇਹ ਵੱਖਵਾਦੀ ਆ ਤੇ ਅੱਤਵਾਦੀ ਆ ਅਸਲ ਵਿੱਚ ਸਾਡੇ ਹਿੱਸੇ ਆਇਆ ਹੀ ਇਹ ਕੁਝ ਆ 1947 ਤੋਂ ਬਾਅਦ ਸਾਨੂੰ ਖਿਤਾਬ ਕੀ ਮਿਲਿਆ ਕਿ ਇਹ ਜਰਾਇਮ ਪੇਸ਼ਾ ਕੌਮ ਆ ਇਹ ਅੱਤਵਾਦੀ ਕੌਮ ਆ ਜੇ ਅਸੀਂ ਆਪਣੇ ਹੱਕਾਂ ਦੀ ਗੱਲ ਕੀਤੀ ਤੇ ਸਾਨੂੰ ਸਿੱਧੀਆਂ ਗੋਲੀਆਂ ਮਾਰ ਦਿੱਤੀਆਂ ਗਈਆਂ ਸਾਨੂੰ ਹੱਥਕੜੀਆਂ ਲਾ ਕੇ ਜੇਲ੍ਹਾਂ ਦੇ ਵਿੱਚ ਡੱਕ ਦਿੱਤਾ ਗਿਆ ਤੇ ਇਸ ਦੇਸ਼ ਨੂੰ ਆਜ਼ਾਦ ਕਰਾਉਣ ਦੇ ਲਈ ਕੁਰਬਾਨੀਆਂ ਅਸੀਂ ਕੀਤੀਆਂ 90% ਤੇ ਸਾਡੀ ਗਿਣਤੀ ਦੱਸਦੇ ਆ ਇਹ 2% ਗੁਰਮੁਖੋ ਜੇਕਰ 2% ਗਿਣਤੀ ਹੋਣ ਦੇ ਬਾਵਜੂਦ ਵੀ ਅਸੀਂ 90% ਕੁਰਬਾਨੀਆਂ ਕਰ ਸਕਦੇ ਹਾਂ ਤੇ ਫਿਰ ਆਪਣਾ ਦੇਸ਼ ਲੈਣ ਦੇ ਲਈ ਤਾਂ ਅਸੀਂ ਕੁਝ ਵੀ ਕਰ ਸਕਦੇ ਹਾਂ ਰਹੋ ਵਿਚਾਰ ਕੁਝ ਸਾਡੇ ਵੀਰ ਆਖਦੇ ਕਿ ਸਾਨੂੰ ਰਾਜ ਦੀ ਗੱਲ ਨਹੀਂ ਕਰਨੀ ਚਾਹੀਦੀ ਯਾਦ ਰੱਖਿਓ ਜੇਕਰ ਅਸੀਂ ਰਾਜ ਦੀ ਗੱਲ ਨਹੀਂ ਨਾ ਕਰਨੀ ਫਿਰ ਅਸੀਂ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਤੋਂ ਬਾਗੀ ਹਾਂ ਗੁਰੂ ਨਾਨਕ ਪਾਤਸ਼ਾਹ ਦੇ ਸੰਵਿਧਾਨ ਤੋਂ ਬਾਗੀ ਹਾਂ ਗੁਰੂ ਨਾਨਕ ਪਾਤਸ਼ਾਹ ਜਦੋਂ ਮੱਕੇ ਗਏ ਆ ਉਦੋਂ ਕਾਜੀ ਰੁਕਣ ਦੀਨ ਦੇ ਨਾਲ ਜੋ ਮਹਾਰਾਜ ਨੇ ਵਿਚਾਰ ਕੀਤੇ ਆਪਾਂ ਸੁਬਾ ਸ਼ਾਮ ਅਰਦਾਸ ਦੇ ਵਿੱਚ ਪੜ੍ਹਦੇ ਹਾਂ ਕਿ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਸੱਚੇ ਪਾਤਸ਼ਾਹ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਦੇ ਬਚਨ ਆ ਤੇ ਇਹਦੇ ਅਰਥ ਕਰਨ ਦੀ ਲੋੜ ਤਾਂ ਹੈ ਨਹੀਂ ਸਾਰਿਆਂ ਨੂੰ ਪਤਾ ਹੀ ਆ ਜੇ ਅਸੀਂ ਰਾਜ ਦੀ ਗੱਲ ਤੋਂ ਭਗੌੜੇ ਹਾਂ ਫਿਰ ਅਸੀਂ ਗੁਰੂ ਨਾਨਕ ਪਾਤਸ਼ਾਹ ਦੀ ਬਾਤ ਤੋਂ ਭਗੌੜੇ ਹਾਂ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦਾ ਬਚਨ ਆ ਦਿੱਲੀ ਤਖ਼ਤ ਪਰ ਬਹੇਗੀ ਆਪ ਗੁਰੂ ਕੀ ਫੌਜ ਛਤਰ ਝੂਲੇਗਾ ਸੀਸ ਪਰ ਬੜੀ ਕਰੇਗੀ ਮੌਜ ਹੁਣ ਇਹ ਗੱਲ ਕਿੱਧਰ ਨੂੰ ਗਈ ਅਸੀਂ ਗੁਰੂ ਨਾਨਕ ਪਾਤਸ਼ਾਹ ਤੋਂ ਸਿਆਣੇ ਤਾਂ ਨਹੀਂ ਨਾ ਹੋ ਗਏ ਜੇਕਰ ਸਿੱਖਾਂ ਨੂੰ ਰਾਜ ਦੀ ਲੋੜ ਨਹੀਂ ਸੀ ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਆ ਕੇ ਰਾਜ ਨਹੀਂ ਸੀ ਕਰਨਾ ਤੇ ਜੇ ਬਾਬਾ ਬੰਦਾ ਸਿੰਘ ਬਹਾਦਰ ਆ ਕੇ ਰਾਜ ਨਾ ਕਰਦੇ ਫਿਰ ਅਸੀਂ ਜ਼ਮੀਨਾਂ ਦੇ ਮਾਲਕ ਨਹੀਂ ਸੀ ਹੋਣਾ ਸਾਡੀ ਕੋਈ ਛਵੀ ਨਹੀਂ ਸੀ ਹੋਣੀ ਜੇਕਰ ਰਾਜ ਦੀ ਲੋੜ ਨਹੀਂ ਸੀ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਨਾ ਹੁੰਦਾ ਤੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਅਜਿਹਾ ਰਾਜ ਸਿੱਖ ਰਾਜ ਜਿਸ ਰਾਜ ਵਿੱਚ ਕਦੇ ਕਿਸੇ ਨੂੰ ਫਾਂਸੀ ਦੀ ਸਜ਼ਾ ਨਹੀਂ ਹੋਈ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਇਹ ਸਭ ਤੋਂ ਵੱਡੀ ਗੱਲ ਸੀ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਕੋਈ ਜੇਲ੍ਹ ਨਹੀਂ ਸੀ ਹੁੰਦੀ ਅਤੇ ਜਦੋਂ ਅੰਗਰੇਜ਼ਾਂ ਨੇ ਆ ਕੇ ਇੱਥੇ ਰਾਜ ਕੀਤਾ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਅਤੇ 10 ਸਾਲ ਅੰਗਰੇਜ਼ ਫੌਜ ਨੂੰ ਇਹ ਸੋਚਣ ਲੱਗ ਗਏ ਸੀ ਕਿ ਬਾਗੀਆਂ ਨੂੰ ਰੱਖਣਾ ਕਿੱਥੇ ਹੈ ਇਸ ਰਾਜ ਦੇ ਵਿੱਚ ਤਾਂ ਜੇਲ੍ਹ ਹੀ ਕੋਈ ਨਹੀਂ ਹੈਗੀ ਰਹੋ ਵਿਚਾਰ ਭਾਰਤ ਦੀ ਸਰਕਾਰ ਨੇ ਸਾਰੇ ਸੰਵਿਧਾਨ ਛਿੱਕੇ ਟਾਂਕੇ ਸਾਡੇ ਉੱਤੇ ਟੈਂਕਾਂ ਤੇ ਤੋਪਾਂ ਦੇ ਨਾਲ ਹਮਲਾ ਕੀਤਾ ਤੇ ਅਸੀਂ ਉਹਨਾਂ ਟੈਂਕਾਂ ਤੋਪਾਂ ਦਾ ਮੂੰਹ ਤੋੜਵਾਂ ਜਵਾਬ ਆਪਣੇ ਲੱਕਾਂ ਦੇ ਨਾਲ ਬੰਬ ਬੰਨ ਬੰਨ ਕੇ ਕਿਸ ਤਰ੍ਹਾਂ ਦਿੱਤਾ ਹੈ ਆਓ
ਕਵਤਾ ਰਹੀ ਪਿਆਰ ਦੇ ਨਾਲ ਸਰਵਣ ਕਰੀ ਬੰਬ ਬਣ ਬਣ ਕੇ ਸੂਰਮੇ ਟੈਂਕਾਂ ਉੱਪਰ ਜਾਣ ਧਰਤੀ ਵੱਲੋਂ ਉੱਡਦੇ ਚਿਖੜੇ ਵਾਲੀ ਅਸਮਾਨ ਸੁਝਦਾ ਨਾ ਕੁਝ ਵੀ ਹੋ ਸੀ ਵੈਦੇ ਜਰਵਾਣੇ ਨੂੰ ਉਧਰੋਂ ਸੀ ਬੀਬੀ ਪੈਂਦੀ ਫੌਜਾਂ ਨੂੰ ਖਾਣੇ ਨੂੰ ਸੰਤ ਜਰਨੈਲ ਚਬਾਉਂਦਾ ਅੰਦਰੋਂ ਸੀ ਦਾਣੇ ਨੂੰ ਇੰਦਰਾ ਨੂੰ ਕਮਲਾ ਕਰਤਾ ਇੰਦਰਾ ਦੀ ਹਾਰ ਨੇ ਤੋੜਿਆ ਸੰਵਿਧਾਨ ਦੇਸ਼ ਦਾ ਗੁੰਡੀ ਸਰਕਾਰ ਨੇ ਤੋੜਿਆ ਕਾਨੂੰਨ ਦੇਸ਼ ਦਾ ਨਾਸੀ ਲਿਆ ਤਾ ਧੂਆ ਸਿੱਖ ਜਵਾਨਾਂ ਨੇ ਮੂਰੇ ਹੋ ਇੱਕ ਦੂਜੇ ਤੋਂ ਵਾਰ ਦੇ ਜਾਨਾਂ ਨੇ ਦੇਖ ਕੇ ਟੈਂਕ ਵਾੜ ਤੇ ਹਾਰੇ ਬੇਈਮਾਨਾਂ ਨੇ ਲੜਦੇ ਸਿੰਘ ਧਰਮ ਵਾਸਤੇ ਲੜਦੇ ਨਾ ਰੈਂਕਾਂ ਤੇ ਬਨ ਕੇ ਬੰਬ ਲੱਕ ਦਵਾਲੇ ਡਿੱਗਣ ਸਿੰਘ ਟੈਂਕਾਂ ਤੇ ਬਨ ਕੇ ਬਾਰੂਦ ਜਿਸਮ ਨਾ ਸੁਝਦਾ ਨਾ ਕੁਝ ਵੀ ਹੋ ਸੀ ਵੈਦੇ ਜਰਵਾਣੇ ਨੂੰ ਉਧਰੋਂ ਸੀ ਬੀਬੀ ਪੈਂਦੀ ਫੌਜਾਂ ਨੂੰ ਖਾਣੇ ਨੂੰ ਸੰਤ ਜਰਨੈਲ ਚਬਾਉਂਦਾ ਅੰਦਰੋਂ ਸੀ ਦਾਣੇ ਨੂੰ ਇੰਦਰਾ ਨੂੰ ਕਮਲਾ ਕਰਤਾ ਇੰਦਰਾ ਦੀ ਹਾਰ ਨੇ ਤੋੜਿਆ ਸੰਵਿਧਾਨ ਦੇਸ਼ ਦਾ ਝੂਠੀ ਸਰਕਾਰ ਨੇ ਤੋੜਿਆ ਕਾਨੂੰਨ ਦੇਸ਼ ਦਾ ਨਾਸੀ ਲਿਆ ਤਾ ਧੂਆ ਸਿੱਖ ਜਵਾਨਾਂ ਨੇ ਮੂਰੇ ਹੋ ਇੱਕ ਦੂਜੇ ਤੋਂ ਵਾਰ ਦੇ ਜਾਨਾਂ ਨੇ ਦੇਖ ਕੇ ਟੈਂਕ ਵਾੜ ਤੇ ਹਾਰੇ ਬੇਈਮਾਨਾਂ ਨੇ ਲੜਦੇ ਸਿੰਘ ਧਰਮ ਵਾਸਤੇ ਲੜਦੇ ਨਾ ਰੈਂਕਾਂ ਤੇ ਬਨ ਕੇ ਬੰਬ ਲੱਕ ਦਵਾਲੇ ਡਿੱਗਣ ਸਿੰਘ ਟੈਂਕਾਂ ਤੇ ਬਨ ਕੇ ਬਾਰੂਦ ਜਿਸਮ ਨਾ ਓ ਹੁੰਦਾ ਬਰਾਬਰ ਅਸਲਾ ਬਰਾਬਰ ਅਸਲਾ ਜਾਂਦੇ ਜੇ ਆਉਂਦੇ ਨਾ ਜਿਹੜੇ ਸੀ ਬੁੱਕਦੇ ਵੈਰੀ ਭਾਲੇ ਥੇ ਆਉਂਦੇ ਨਾ ਐਸੇ ਚੱਲ ਆਉਣੇ ਹੈ ਸੀ ਮੁੜ ਕੇ ਜੋ ਆਉਂਦੇ ਨਾ ਸ਼ੇਰਾਂ ਨਾਲ ਲੜਨਾ ਕੀ ਸੀ ਭੇਡਾਂ ਦੀ ਡਾਰ ਨੇ ਤੋੜਿਆ ਸੰਵਿਧਾਨ ਦੇਸ਼ ਦਾ ਗੁੰਡੀ ਸਰਕਾਰ ਨੇ ਤੋੜਿਆ ਕਾਨੂੰਨ ਦੇਸ਼ ਦਾ ਮੌਤ ਨੂੰ ਵਿਆਹਣ ਖਾਤਰ ਕਾਲੇ ਸਿੰਘ ਪੈਂਦੇ ਸੀ ਇੰਨੇ ਬੋਲਾਂ ਦੇ ਹੌਸਲੇ ਢਾਹੇ ਨਾ ਟੈਂਦੇ ਸੀ ਮਾਰ ਕੇ ਅਸੀਂ ਮਰਾਂਗੇ ਮੁੱਖੋ ਸਿੰਘ ਕਹਿੰਦੇ ਸੀ ਕੇਰਾਂ ਸੀ ਪੈ ਗਏ ਭਾਰੂ ਦੇਵ ਤੇ ਦੈਤਾਂ ਤੇ ਬਨ ਕੇ ਬੰਬ ਲੱਕ ਦਵਾਲੇ ਡਿੱਗਣ ਸਿੰਘ ਟੈਂਕਾਂ ਤੇ ਬਨ ਕੇ ਬਾਰੂਦ ਜਿਸਮ ਨਾ ਰੂਸ ਦੀਆਂ ਮਾਰੂ ਗੱਡੀਆਂ ਪਰ ਕਰਮੀ ਉਤਾਰਤੀਆਂ ਦਾਗ ਕੇ ਲੰਚ ਰੱਖ ਖੜੀ ਵਾਂਗੂ ਖਲਿਆਰਤੀਆਂ ਛੇਆਂ ਚੋਂ ਚਾਰ ਉਡਾਈਆਂ ਦੋਸੀ ਨਕਾਰਤੀਆਂ ਦੁਸ਼ਮਣ ਦਾ ਲੱਕ ਤੋੜਤਾ ਸਿੰਘਾਂ ਦੀ ਮਾਰ ਨੇ ਤੋੜਿਆ ਸੰਵਿਧਾਨ ਦੇਸ਼ ਦਾ ਝੂਠੀ ਸਰਕਾਰ ਨੇ ਤੋੜਿਆ ਕਾਨੂੰਨ ਦੇਸ਼ ਦਾ ਉਹ ਹੈ ਸੀ ਜੋ ਮਾਰੂ ਅਸਲਾ ਐਸੀ ਜੋ ਮਾਰੂ ਅਸਲਾ ਟੈਂਕਾਂ ਵਿਚਕਾਰ ਜੀ ਇਧਰੋਂ ਵੀ ਬੰਬ ਮਨੁੱਖੀ ਸੰਤਾਂ ਕੋਲ ਤਿਆਰ ਜੀ ਬਨ ਕੇ ਬਾਰੂਦ ਜਿਸਮ ਨੇ ਕਰਦੇ ਜੋ ਵਾਰ ਸੀ ਜਾਈਏ ਬਲਿਹਾਰ ਆਪਸੀ ਸਿੰਘਾਂ ਦੇ ਅਲੈਂਕਾਂ ਤੇ ਬਨ ਕੇ ਬੰਬ ਲੱਕ ਦਵਾਲੇ ਡਿੱਗਣ ਸਿੰਘ ਟੈਂਕਾਂ ਤੇ ਬਨ ਕੇ ਬਾਰੂਦ ਜਿਸਮ ਨਾ ਮਚ ਗਈ ਤੜ 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 ਮਚ ਗਈ ਤੜ ਥੱਲੀ ਸਾਰੇ ਸਿੰਘਾਂ ਦੇ ਜੋਸ਼ ਦੀ ਐਸੀ ਦੀ ਤੈਸੀ ਹੋ ਗਈ ਫੌਜਾਂ ਦੇ ਹੋਸ਼ ਦੀ ਕਹਿ ਕਹਿ ਕੇ ਆਪਣੇ ਆਪ ਨੂੰ ਦਿੱਲੀ ਸੀ ਕੋਸ ਦੀ ਪਾਈ ਕਿੰਜ ਪੜਥੂ ਜਾਂਦੇ ਬੰਦੇ ਉਂਝ ਚਾਰ ਨੇ ਤੋੜਿਆ ਸੰਵਿਧਾਨ ਦੇਸ਼ ਦਾ ਝੂਠੀ ਸਰਕਾਰ ਨੇ ਤੋੜਿਆ ਕਾਨੂੰਨ ਦੇਸ਼ ਦਾ ਸਿੰਘਾਂ ਨੇ ਕਾਇਮ ਰੱਖਿਆ ਆਪਣੇ ਇਤਿਹਾਸ ਨੂੰ ਲੱਖਾਂ ਨਾਲ ਕਲਾ ਲੜਨ ਦੀ ਰੀਤ ਏ ਖਾਸ ਨੂੰ ਪੂਰਾ ਮੁਸਾਫਰ ਗੁਰ ਤੇ ਰੱਖਿਆ ਵਿਸ਼ਵਾਸ ਨੂੰ ਮਰਦੇ ਸਿੰਘ ਧਰਮ ਵਾਸਤੇ ਮਰਦੇ ਨਾ ਬੈਂਕਾਂ ਤੇ ਬਨ ਕੇ ਬੰਬ ਲੱਕ ਦਵਾਲੇ ਡਿੱਗਣ ਸਿੰਘ ਟੈਂਕਾਂ ਤੇ ਬਨ ਕੇ ਬਾਰੂਦ ਜਿਸਮ ਨਾ ਕੌਮੇ ਮੇਰੀ ਇਹ ਸਮੇਂ ਨੇ ਢੋਲ ਮਾਰੇ ਆ ਪਰ ਜਿਹਦੇ ਵਿੱਚ ਤੇਰੀ ਆਵਾਜ਼ ਕੋਈ ਨਾ ਜਿਹੜਾ ਮੁਰਦਿਆਂ ਤਾਈ ਨਚਾ ਦੇਵੇ ਕਿਸੇ ਕੌਮ ਕੋਲ ਇਹੋ ਜਿਹਾ ਸਾਜ ਕੋਈ ਨਾ ਚੱਖੜ ਲੱਖ ਚੁੱਲੇ ਇਨਕਲਾਬ ਆਇਆ ਅਰਸ਼ ਫਰਸ਼ ਤੋਂ ਮਿੱਟੀ ਉਡਾਉਣ ਵਾਲਾ ਸਿਰਫ ਖੂਨ ਸ਼ਹੀਦਾਂ ਦਾ ਡੁੱਲਿਆ ਜੋ ਕੋਈ ਜੰਮਿਆ ਧੂੜ ਨਾ ਪਾਉਣ ਵਾਲਾ ਇਹ ਜੋ ਸ਼ਹੀਦਾਂ ਦਾ ਖੂਨ ਆ ਨਾ ਇਹਦੇ ਤੇ ਕੋਈ ਧੂੜ ਨਹੀਂ ਪਾ ਸਕਦਾ 1984 ਦੇ ਇਸ ਘੱਲੂਘਾਰੇ ਤੋਂ ਬਾਅਦ ਨੌਜਵਾਨਾਂ ਦੇ ਦਿਲਾਂ ਦੇ ਵਿੱਚ ਇੱਕ ਤੜਪ ਉੱਠੀ ਆ ਇਹਨਾਂ ਨੇ ਫੈਸਲਾ ਕੀਤਾ ਕਿ ਹੁਣ ਅਸੀਂ ਇਸ ਦੇਸ਼ ਵਿੱਚ ਆਪਣੇ ਆਪ ਨੂੰ ਸੁਰੱਖਿਅਤ ਨਹੀਂ ਸਮਝਦੇ
ਇਹ ਸਰਕਾਰਾਂ ਦਾ ਤਖਤਾ ਪਲਟਣਾ ਪਵੇਗਾ ਸਾਨੂੰ ਹਥਿਆਰਬੰਦ ਸੰਘਰਸ਼ ਸ਼ੁਰੂ ਕਰਨਾ ਪਵੇਗਾ ਇਹਨਾਂ ਨੇ ਆਪਣੇ ਨਿੱਜੀ ਘਰ ਬਾਰ ਤਿਆਗ ਕੇ ਤੇ ਕੌਮੀ ਘਰ ਬਣਾਉਣ ਦਾ ਫੈਸਲਾ ਕਰ ਲਿਆ ਉਹ ਘਰ ਜਿਸ ਘਰ ਦੇ ਵਿੱਚ ਸਾਡੀਆਂ ਧੀਆਂ ਪੈਣਾ ਸੁਰੱਖਿਅਤ ਰਹਿ ਸਕਣ ਸਾਡੇ ਇਸ਼ਟ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਅਦਬੀ ਨਾ ਹੋਵੇ ਉਹ ਘਰ ਜਿੱਥੇ ਕਿਸਾਨਾਂ ਨੂੰ ਹੱਕਾਂ ਦੇ ਲਈ ਧਰਨੇ ਨਾ ਲਾਉਣੇ ਪੈਣ ਨੌਜਵਾਨਾਂ ਨੇ ਸਾਰਾ ਕੁਝ ਤਿਆਗ ਕੇ ਤੇ ਪੰਥ ਦੇ ਉੱਤੋਂ ਆਪਣੀਆਂ ਕੀਮਤੀ ਜਵਾਨੀਆਂ ਵਾਰ ਦਿੱਤੀਆਂ ਉਹਨਾਂ ਨੌਜਵਾਨਾਂ ਵਾਸਤੇ ਸ਼ਾਇਰ ਲਿਖਦਾ ਕਹਿੰਦਾ ਚਿੱਤ ਕਰੇ ਸਾਰਾ ਹੀ ਪੰਜਾਬ ਘੁੰਮਾਂ ਮੈਂ ਚਿੱਤ ਕਰੇ ਸਾਰਾ ਹੀ ਪੰਜਾਬ ਘੁੰਮਾਂ ਮੈਂ ਹਰਿਮੰਦਰ ਦੀ ਧਰਤੀ ਨੂੰ ਜਾ ਕੇ ਚੁੰਮਾਂ ਮੈਂ ਰਾਹ ਦੇ ਵਿੱਚ ਬੜੇ ਸਾਰੇ ਪਿੰਡ ਵੇਖੇ ਨੇ ਤੇ ਸੂਰਮੇ ਪਗਾ ਕੇ ਜਿਹੜੀ ਹਿੰਡ ਵੇਖੇ ਨੇ ਨਵਾਂ ਪਿੰਡ ਅੱਡੇ ਤੋਂ ਮੈਂ ਬੱਸ ਚੜਿਆ ਆਣ ਜਦੋਂ ਮਾਣੋ ਚਾਲ ਵਿੱਚ ਖੜਿਆ ਉਸੇ ਵੇਲੇ ਦਿਲ 'ਚ ਆਇਆ ਖਿਆਲ ਸੀ ਜੀ ਇਸ ਪਿੰਡ ਦਾ ਤਾਂ ਬਾਬਾ ਮਾਣੋ ਚਾਲ ਸੀ ਦਿਲ ਵਾਲੀ ਅੱਗ 'ਚ ਵੈਰੀ ਨੂੰ ਜਾਲਦਾ ਦਿਲ ਵਾਲੀ ਅੱਗ 'ਚ ਵੈਰੀ ਨੂੰ ਜਾਲਦਾ ਤੇ ਬੱਬਰਾਂ ਦਾ ਮੋਢੀ ਪਿੰਡ ਦਾਸੂ ਵਾਲਦਾ ਬੱਸ ਜਦੋਂ ਤਰਨ ਤਾਰਨ ਸ਼ਹਿਰ ਪੁੱਜ ਗਈ ਬੱਸ ਜਦੋਂ ਤਰਨ ਤਾਰਨ ਸ਼ਹਿਰ ਪੁੱਜ ਗਈ ਭਾਈ ਭੋਲੇ ਦਾ ਇਹ ਸ਼ਹਿਰ ਮੈਨੂੰ ਗੱਲ ਸੁੱਝ ਗਈ ਹਰ ਵੇਲੇ ਮੌਤ ਨੂੰ ਕਰੇ ਮਖੌਲ ਜੀ ਅਨਾਰ ਸਿੰਘ ਪਾੜਾ ਨਾਲ ਜੱਜ ਜੋੜ ਜੀ ਤੇ ਪਹੁੰਚ ਜੰਡਿਆਲੇ ਤੋਂ ਮੈਂ ਬੱਸ ਬਦਲੀ ਪਹੁੰਚ ਜੰਡਿਆਲੇ ਤੋਂ ਮੈਂ ਬੱਸ ਬਦਲੀ ਤੇ ਜਿੰਦਾ ਸੁੱਖਾ ਚੇਤੇ ਆ ਗਏ ਵੇਖ ਗਦਲੀ ਉਤਰਿਆ ਬੱਸ ਪਹੁੰਚ ਕੇ ਬਟਾਲੇ ਤੇ ਉਤਰਿਆ ਬੱਸ ਪਹੁੰਚ ਕੇ ਬਟਾਲੇ ਤੇ ਗੁੱਗੂ ਹਰਚੰਦ ਵੀ ਅਣਖ ਵਾਲੇ ਨੇ ਜਿਨ੍ਹਾਂ ਨੇ ਪਾਪੀ ਪੂਲੇ ਨੂੰ ਜੇਲ੍ਹ ਦੇ ਵਿੱਚ ਸੌਦਾ ਲਾਇਆ ਸੀ ਜੀ ਪਾਪੀ ਪੂਲਾ ਉਹ ਸੀ ਜਿਹੜਾ ਨਿਹੰਗ ਸਿੰਘ ਬਾਣੇ ਦੇ ਵਿੱਚ ਰਹਿੰਦਾ ਸੀ ਤੇ ਧੀਆਂ ਭੈਣਾਂ ਦੇ ਉੱਤੇ ਅਤਿਆਚਾਰ ਕਰਦਾ ਸੀ ਨੌਜਵਾਨਾਂ ਨੂੰ ਪੁਲਿਸ ਦੇ ਕੋਲ ਟੋਟੀ ਕਰਕੇ ਫੜਵਾ ਦਿੰਦਾ ਸੀ ਤੇ ਸ਼ਹੀਦ ਭਾਈ ਬਲਵਿੰਦਰ ਸਿੰਘ ਜਟਾਣਾ ਜਿਨ੍ਹਾਂ ਨੇ ਐਸ ਵਾਈ ਐਲ ਨਹਿਰ ਰੋਕੀ ਉਹਨਾਂ ਦੇ ਪਰਿਵਾਰ ਨੂੰ ਬੱਚਿਆਂ ਸਮੇਤ ਬਜ਼ੁਰਗਾਂ ਸਮੇਤ ਪਾਪੀ ਪੂਲੇ ਨੇ ਜਿਉਂਦਿਆਂ ਸਾੜ ਦਿੱਤਾ ਸੀ ਤੇ ਗੁਰਮੁਖੋ ਮਹਾਂਪੁਰਖ ਬਾਬਾ ਠਾਕੁਰ ਸਿੰਘ ਜੀ ਉਹਨਾਂ ਦੇ ਬਚਨ ਹੋਏ ਸੀ ਪੂਲਿਆ ਲੋਕ ਮਰ ਕੇ ਸੜਦੇ ਆ ਤੇ ਤੂੰ ਮਰ ਕੇ ਸੜੇਗਾ ਸੜ ਕੇ ਮਰੇਗਾ ਮਹਾਂਪੁਰਖ ਬਾਬਾ ਠਾਕੁਰ ਸਿੰਘ ਜੀ ਉਹਨਾਂ ਦੇ ਬਚਨਾਂ ਨੂੰ ਪ੍ਰੈਕਟੀਕਲ ਰੂਪ ਕਰਕੇ ਦਿਖਾਇਆ ਭਾਈ ਨਵਤੇਜ ਸਿੰਘ ਗੁੱਗੂ ਤੇ ਹਰਚੰਦ ਸਿੰਘ ਰੰਗਰੇਟਾ ਮਾੜੀ ਕੰਬੋ ਕੇ ਉਤਰਿਆ ਬੱਸ ਪਹੁੰਚ ਕੇ ਬਟਾਲੇ ਤੇ ਗੁੱਗੂ ਹਰਚੰਦ ਵੀ ਅਣਖ ਵਾਲੇ ਨੇ ਕਲਾ ਨੌਰ ਕੋਲ ਅਗਵਾਨ ਆ ਗਿਆ ਸਤਵੰਤ ਉੱਤੇ ਬੜਾ ਮੈਨੂੰ ਮਾਣ ਆ ਗਿਆ ਮਹਿਤੇ ਤੋਂ ਲੁਧਿਆਣੇ ਚਾਲੇ ਪਾ ਲਏ ਮਹਿਤੇ ਤੋਂ ਲੁਧਿਆਣੇ ਚਾਲੇ ਪਾ ਲਏ 13 ਸਿੰਘਾਂ ਦੇ ਜ਼ਖਮ ਸੀਨੇ ਨਾਲ ਲਾ ਲਏ ਉਹ 13 ਸਿੰਘ ਜਿਹੜੇ ਨਰਕਧਾਰੀ ਗੁਰਬਚਨ ਨੇ ਨਸ਼ੀਦ ਕੀਤੇ ਮਹਿਤੇ ਤੋਂ ਲੁਧਿਆਣੇ ਚਾਲੇ ਪਾ ਲਏ 13 ਸਿੰਘਾਂ ਦੇ ਜ਼ਖਮ ਸੀਨੇ ਨਾਲ ਲਾ ਲਏ ਪਹੁੰਚ ਕੇ ਫਲੌਰ ਚੇਤੇ ਆਈ ਗੱਲ ਸੀ ਨਛੱਤਰ ਸਿਉਂ ਰੋਡੇ ਇੱਥੇ ਕੀਤਾ ਹੱਲ ਸੀ ਕਾਰ ਪਿੱਛੇ ਉਸਨੇ ਬੁਲਟ ਲਾਇਆ ਸੀ ਤੇ ਜਗਤੂ ਦਾ ਮੇਲ ਮੌਤ ਨਾ ਕਰਾਇਆ ਸੀ ਲਾਲਾ ਜਗਤ ਨਾਰਾਇਣ ਜਗਬਾਣੀ ਅਖਬਾਰ ਦਾ ਐਡੀਟਰ ਸੀ ਇਹ ਗੁਰਬਚਨੇ ਨਰਕਧਾਰੀਏ ਦਾ ਹਾਮੀ ਸੀ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਆਪਣੇ ਅਖਬਾਰ ਦੇ ਵਿੱਚ ਅੱਤਵਾਦੀ ਤੱਕ ਲਿਖ ਦਿੰਦਾ ਹੁੰਦਾ ਸੀ ਹਿੰਦੀ ਭਾਸ਼ਾ ਦੀ ਰਲਗੱਡ ਇਹਨੇ ਪੰਜਾਬੀ ਦੇ ਵਿੱਚ ਆਪਣੇ ਅਖਬਾਰ ਜਗਬਾਣੀ ਰਾਹੀਂ ਖੂਬ ਕੀਤੀ ਤੇ ਫਿਰ ਜਦੋਂ ਸਿੰਘਾਂ ਦੇ ਕੋਲ ਆਇਆ ਸਿੰਘਾਂ ਦੇ ਹੱਥ ਚੜਿਆ ਤੇ ਉਹਨਾਂ ਨੇ ਧੁਰ ਦੀ ਟਿਕਟ ਕਟਾ ਦਿੱਤੀ ਪਹੁੰਚ ਕੇ ਫਲੌਰ ਚੇਤੇ ਆਈ ਗੱਲ ਸੀ ਨਛੱਤਰ ਸਿਉਂ ਰੋਡੇ ਇੱਥੇ ਕੀਤਾ ਹੱਲ ਸੀ ਕਾਰ ਪਿੱਛੇ ਉਸਨੇ ਬੁਲਟ ਲਾਇਆ ਸੀ ਤੇ ਜਗਤੂ ਦਾ ਮੇਲ ਮੌਤ ਨਾ ਕਰਾਇਆ ਸੀ ਹੋਇਆ ਨਾ ਸਬਰ ਦਿਲ ਮਰ ਜਾਣੇ ਤੋਂ ਹੋਇਆ ਨਾ ਸਬਰ ਦਿਲ ਮਰ ਜਾਣੇ ਤੋਂ ਲੈ ਲਿਆ ਬੁਲਟ ਮੈਂ ਵੀ ਲੁਧਿਆਣੇ ਤੋਂ ਚੜ ਕੇ ਬੁਲਟ ਤੇ ਮੈਂ ਮੋਗੇ ਆ ਗਿਆ ਜੀ ਝੁੱਕ ਗਿਆ ਸੀਸ ਜਦੋਂ ਰੋਡੇ ਆ ਗਿਆ ਸੰਤ ਸਿਪਾਹੀ ਸੂਰਮਾ ਦਲੇਰਿਆ ਸੰਤ ਸਿਪਾਹੀ ਸੂਰਮਾ ਦਲੇਰਿਆ ਲੋਕੀ ਜੀ ਨੂੰ ਕਹਿੰਦੇ ਭਿੰਡਰਾਂ ਦਾ ਛੇਰਿਆ ਮਰਦ ਤਾਂ ਇੱਕੋ ਹੀ ਤੱਕਿਆ ਮੈਂ ਬਾਕੀ ਤਾਂ ਸਭ ਰਕਾਨਾਂ ਨੇ ਸੰਤ ਤਾਂ ਇੱਕੋ ਹੀ ਤੱਕਿਆ ਮੈਂ ਬਾਕੀ ਤਾਂ ਸਭ ਦੁਕਾਨਾਂ ਨੇ ਚੜ ਕੇ ਬੁਲਟ ਤੇ ਮੈਂ ਮੋਗੇ ਆ ਗਿਆ ਝੁੱਕ ਗਿਆ ਸੀਸ ਜਦੋਂ ਰੋਡੇ ਆ ਗਿਆ ਸੰਤ ਸਿਪਾਹੀ ਸੂਰਮਾ ਦਲੇਰਿਆ ਲੋਕੀ ਜੀ ਨੂੰ ਕਹਿੰਦੇ ਭਿੰਡਰਾਂ ਦਾ ਛੇਰਿਆ ਸੂਰਮਾ ਸੀ ਉਹ ਵੀ ਬੜਾ ਪੱਕਾ ਹਿੰਡ ਦਾ ਸੂਰਮਾ ਸੀ ਉਹ ਵੀ ਬੜਾ ਪੱਕਾ ਹਿੰਡ ਦਾ ਗੁਰਜੰਟ ਸਿੰਘ ਚੇਤੇ ਆਇਆ ਬੁੱਧ ਸਿੰਘ ਦਾ ਮਲੋਏ ਵਿੱਚ ਜੰਮਿਆ ਬੇਅੰਤ ਸੂਰਮਾ ਤੇ ਇੰਦਰਾ ਨੂੰ ਜਿਹਨੇ ਜਾਣ ਦਿੱਤਾ ਦੂਰ ਨਾ ਮਾਝੇ ਦੇ ਸਿੱਖਾਂ ਨੂੰ ਜੈਸੀ ਉੱਤੇ ਮਾਣ ਸੀ ਮਾਝੇ ਦੇ ਸਿੱਖਾਂ ਨੂੰ ਜੈਸੀ ਉੱਤੇ ਮਾਣ ਸੀ ਨਾਮ ਜੁਗਰਾਜ ਆਖਦੇ ਤੂਫਾਨ ਸੀ ਸੁਣੇ ਉਹਦੇ ਚਰਚੇ ਸੀ ਪਾਸੇ ਚਾਰੇ ਮੈਂ ਮਿੱਟੀ ਮੱਥੇ ਲਾਈ ਪਹੁੰਚ ਕੇ ਹਵਾਰੇ ਮੈਂ ਚੌਂਕ ਵਿੱਚ ਖੜ ਵੈਰੀ ਨੂੰ ਲਲਕਾਰਦਾ ਚੌਂਕ ਵਿੱਚ ਖੜ ਵੈਰੀ ਨੂੰ ਲਲਕਾਰਦਾ ਛੰਦੜਾ ਏ ਪਿੰਡ ਯੋਧੇ ਰਛਪਾਲ ਦਾ ਕਿੰਨੇ ਸਾਰੇ ਪਿੰਡ ਘੁੰਮਣੋਂ ਮੈਂ ਰਹਿ ਗਿਆ ਜੀ ਫੇਰ ਉਹਨਾਂ ਸਿੰਘਾਂ ਦੇ ਖਿਆਲੀ ਪੈ ਗਿਆ ਮੰਗਦਾ ਹਾਂ ਮਾਫ਼ੀ ਸੋਢੀ ਤੇ ਜਟਾਣੇ ਤੋਂ
मंगदा हां माफी सोढ़ी ते जटाने तो नाले बलवंत सिंह राजोवाने तो जिन्हां दे मैं पिंड वल जा ना सकिया भाई सुखे दे भी मापिया नूं जा ना तकिया गह गच वाली जंग दियां थावां नूं गह गच वाली जंग दियां थावां नूं ओह भुल जावां किवें बेले दे भरावां नूं भुखी डैण वांगू जी ने मूंह अड्डिया जंग सभरावां वेले वी ना रज्जिया हरी के पत्तन दरिया चंद्रा लखां ही साडे योधे खा गया चंद्रा यह सिखी जम्मी कुरबानिया दे दौर चों सिखी जम्मी कुरबानिया दे दौर चों मैं इहो कुछ सिखिया है चमकौर तों की सिखिया थे कहिंदे कट्ठा हो मलखइया आया घेर के बैठे गड़िया ने पुत्र मौत व्याहवण चले बापू लावा पड़िया ने राज भाग नूं मारी ठोकर बागी हो गए सूरे आखणे अखां कढ देंगे किहड़ा सानू घूरे डर हाकमां बड़े ने दिते सख्त सजावां बड़ियां ने पुत्र मौत व्याहवण चले बापू लावा पड़िया ने विच मैदान दे भाजड़ पाई छोटे छोटे जत्थियां ने हत्थां दे विच नेजे ते तीरां नाल भरिया भथियां ने किहड़ा मौत दे नेड़े आवे दूर जां फौजां खड़ियां ने पुत्र मौत व्याहवण चले बापू लावा पड़ियां ने आर पार ने होए जिहड़े तीर कमानों निकले ने दूजी दुनिया पहुंचे वैरी इस जहानों निकले ने सिंघां ऐसे वार चलाए धड़ तों धौणा झड़ियां ने पुत्र मौत व्याहवण चले बापू लावा पड़ियां ने ते सिदकां दे बन उच्चे हो गए सिदकां दे बन उच्चे हो गए जरके भुखां तेहां नूं गुरां जकारे लाए संधुआ देख शहीदी देहां नूं पुत्र चार शहीद ने होए पुत्र चार शहीद ने होए आ मगर कतारां पड़ियां ने की आख्या महाराज ने इन पुत्रन के सीस पर वार दिए सत चार पढ़ियो सारी संगत प्यार ना इन पुत्रन के सीस पर वार दिए सत चार चार मोए तो क्या भया जीवत कई हजार दुनियावी तौर ते वेखी ना हैरानी दी गल आ के चार पुत्र वार के ते कई हजार बना ले ते गुरमुखो इस तों भी वड्डी हैरानी दी गल ए आ जिन्हें चार पुत्र वार के जेडे कई हजार बनाए ना लुको के झोली दे विच ओ भी नहीं रखे ओ भी पंथ दे उत्तों निशावर कर दिते आखो सतनाम श्री वाहिगुरु होना को गुरु कलगीधर पातशाह वर्गा पुत्र चार शहीद ने होए आ मगर कतारां बड़ियां ने पुत्र मौत व्याहवण चले बापू लावा पड़ियां ने ते चेते सानू मंजिल साडी चेते सानू मंजिल साडी चेते ओ सब रावां ने किस पासे सानू गुरां तोरिया चेते सब दिशावां ने सच दा सूरज चाड़ देंगे जे अजे घटावां चढ़ियां ने पुत्र मौत व्याहवण चले बापू लावां पड़ियां ने सिखी जम्मी कुरबानिया दे दौर चों सिखी जम्मी कुरबानिया दे दौर चों मैं इहो कुछ सिखिया है चमकौर तों इस पिछों मैं आनंदपुर आ गया जिथों कुरबानिया दा तोरे आ गया लोकी कहंदे उहने पुत चार वारे ने मजायल सिंह उहने कई हजार वारे ने चंद्रियां नजरां पंजाब खा लिया कर दे तू मेर हुण बाजां वालिया कर दे तू मेर हुण बाजां वालिया आ जिहड़े डरदे सी पंजाब आउण वेले जिहड़े डरदे सी पंजाब आउण वेले अज उह कब्जा पंजाब ते करी जांदे रोकना सी तेरे सिंह सूर्या ने इह तां आपस विच ही लड़ी जांदे तेरी बाणी ते रोज विवाद उठदे तेरी बाणी ते रोज विवाद उठदे धड़े बाजी दा भूत सवार होया बाजां वालिया कौम ते करी कृपा तेरी कौम दा मंदड़ा हाल होया तेरी कौम दा मंदड़ा हाल होया गुरमुखो प्रबंधकां वल्लों हुक्म होया कि एक जागो ते एक जुगनी कहिंदे दोवें सुना दिओ ते समां भी सीमित जिहा है ते आपां समें दे विच रहिंदे इह दोवें सुना देणियां इह दोन्हें सखियां भैणां सखियां भी कह लो ते चाहे जुड़वा कह लो दोनों दे लक्षण एन बैन सवा ढाई तैन जमा इको जे आ एक सानू जुगनी परोसदे आ सभ्याचार दे नां ते पुराने बजुर्ग बैठे सारिआं ने सुनी होनी है कि मेरी जुगनी दे धागे बगे जुगनी उहदे मूँह फब्बे जिहनूं सट इश्कदी लगे सुनी आ ना जी ते इह जुगनी जिहड़ी सानू कहिण नूं आखता सानू बोलण लई आखता इह बड़ी कपत्ती आ भाई इह जिहड़ी साडे वाली जुगनी आ सानू नहीं पता इहदे धागे बगे आ कि काले सानू पता वी इहदे विच एडे एडे अठाई खट्टे जिहे रंग दे रौंद पैंदे आ डेढ़ कु फुट का एदा कद आ पंजाह क गज की एदी मार आ जिदे जिदे उन्हें अठाई दंदा दे नाले चक भर लेंदी है ना उहदियां चीकां बड़ियां कढ़ाउंदी आ फिल्टर वर्गा करके रख दिंदी बंदे नूं पानी नहीं मंगण दिंदी इह जुगनी आ जिहड़ी इह जिन्हां दे इस कुछक दे रंग लगे उन्हां हत्थां विच नहीं सोभदी इह उन्हां हत्थां विच सोभदी आ जिहड़े कहिंदे ने कबीर मोहे मरने का चौ है मरो तो हर के द्वार ਇਹ ਜੁਗਨੀ ਉਹਨਾਂ ਹੱਥਾਂ ਵਿੱਚ ਸੋਭਦੀ ਆ ਜਿਹੜੇ ਕਹਿੰਦੇ ਦੇਹ ਸ਼ਿਵਾ ਬਰ ਮੋਹੇ ਹੈ ਸ਼ੁਭ ਕਰਮਨ ਤੇ ਕਬ ਹੂੰ ਨਾ ਕਰੋ ਨਾ ਡਰੋ ਅਰ ਸੋ ਜਬ ਜਾਏ ਲਰੋ ਨਿਸ਼ਚੈ ਕਰੇ ਆਪਣੀ ਜੀਤ ਕਰੋ ਅਰ ਸਿੱਖ ਹੋ ਆਪਣੇ ਹੀ ਮਨ ਕੋ
ए लाल चहोंगण तो चुरो जब आव की औद निधान बने अत हीरन मैं तब जूझ मरूं। ए जुगनी ने किवें दोस्तां नूं घर घर जाके धुर दियां टिकटां कटाईआं ने ते जुगनी ने किवें पंजाब दी ते भारत दी सरकार दी नक विच दम करके रख्या खुद जुगनी पासों सरवण करो। साध संग ते जुगनियां लोक गाउंदे पेश कर दे असी वी हां जुगनी जेड़ी पंथ दे दोखियां नू सोदे सिंग रख दे उसदा ना जुगनी डेढ़ फुट दा इस दा कद कहिंदे पंजाक गज दी रख दी शां जुगनी अठाई दंद ये दे बड़े कीमती ने जीनू चोब दे करा दे बाबा जुगनी। ओ जुगनी तुर दिल्ली नू गई ते उथे दो तीन महीने उथे दो तीन महीने रही ओ पहला नरक धारी नू पई ते चकता नाल ओदा गड़वई ओ वीर मेरे आ जुगनी वीर मेरे आ जुगनी बाबल दी रणजीत सिंह ते काबल दी ओ जुगनी फेर गई लुधियाने ओदे नाल सी दो तीन ओदे नाल सी दो तीन जाने लाला जगत नारायण हो लाला जगत नारायण पछाने नछत्तर स्वर्ण सिंह जरवाने ओ वीर मेरे आ जुगनी वीर मेरे आ जुगनी लई फिर दे इन पाल रहे सी कई चल दे जुगनी तुर दिल्ली नू गई ते उथे दो तीन महीने उथे दो तीन महीने रही ओ पहला नरक धारी नू पई ते चकता नाल ओदा गड़वई ओ वीर मेरे आ जुगनी बाबल दी रणजीत सिंह ते काबल दी ओ जुगनी फेर गई लुधियाने ओदे नाल सी दो तीन ओदे नाल सी दो तीन जाने लाला जगत नारायण हो लाला जगत नारायण पछाने नछत्तर स्वर्ण सिंह जरवाने ओ वीर मेरे आ जुगनी लई फिर दे इन भाल रहे सी कई चल दे जुगनी फेर गई वल दिल्ली करियर दा संबर सरों चली पंडतां दी ढाली जाके बिल्ली ओ करती लीरा जवाना हिली ओ वीर मेरे आ जुगनी सतवंत दी ते दूले शेर बेअंत दी ओ जुगनी ने पुने दिता भाषण कहिंदी कैम हो जाए ओ कहिंदी कैम हो जाए प्रशासन पिछो फेर ना लोकी ओ पिछो फेर ना लोकी आखण के सिंह थोड़ा दिंदे राछण ओ वीर मेरे आ जुगनी जिंदे दी सुन ले रवै दिया डिगे दी ओ जुगनी रही दिल्ली दे नेड़े नवंबर दे दोषी सी जेड़े ओ पाए ललत माकण दे गेड़े ते अर्जन दास दे काम नबेड़े ओ वीर मेरे आ जुगनी हीरे दी सुखदेव सिंह सखीरे दी ओ जुगनी मुक्सर विच भी आई लेके आई नाल ओ लेके आई नाल दवाई चढ़ के बस विच वरताई लैंदे जान ते पौण दवाई ओ वीर मेरे आ जुगनी वरियाम दी जो दुष्ट सोदने जान दी ओ जुगनी मोगे विच जा ठहरी ते तड़के उठ के वड़ी कचहरी ते लिखती जज कौशक दी डायरी जो सी गुरसिखां दा वैरी ओ वीर मेरे आ जुगनी चंट दी बुद्ध सिंह वाले गुरजंट दी ओ जुगनी बैंक दे मूरे बुके ना
किसे रोकिया ना किसे रोकिया रुके पौने छे करोड़ सी पौने छे करोड़ सी लुटे पर बोरिया नोर सी चुके भाई जुगनी ने मारिया जुगनी ने मारिया जादुआ हुण नोटा विच भी वादुआ जुगनी करे ब्राह्मण ठहर ठहर के करे अनेका ठहर के करे अनेका फेर मारते कई गुडोडू कहरते उड़गे चारे जीप दे उड़गे चारे जीप दे ठहरे ओ वीर मेरे आ जुगनी ब्रह्मे दी अवतार स्यो सूरे जम्मे दियो जुगनी मुक्सर चोली अड्डी सही सी सिंगा चढ़ाता सही सी सिंगा चढ़ाता गड्डी सड़क विचाले प्या छड़क विचाले प्या मुँह अड्डी टुट गई तोड़ दी मन क्यों हड्डी ओ वीर मेरे आ जुगनी वीर मेरे आ जुगनी मौजी दी अंबरसर वाले फौजी दी ओ जुगनी वेड़ंगा वेच भी गईया ते भज दी जंज सारी गल भज दी जंज सारी गल सहीया ते कुटिया दीदार संधू कुटिया दीदार संधू गवैया ते नूरी तरले पौंदी रहिया वीर मेरे आ जुगनी वीर मेरे आ जुगनी खेल दिया ए ठाणे चूड़ बघेल दिया ओ जुगनी फिरदी रही हरियाणे पाके कई तरह दे हो पाके कई तरह दे बाने लभदी भजने दे हो लभदी भजने दे टिकाने ता सुरिंदर सोडी जाने ओ वीर मेरे आ जुगनी वीर मेरे आ जुगनी बोल पई सिर वड़ता लाश रही कोल पई ओ जुगनी आ गई बेच दहेड़ू एता उल्टा चक्कर एता उल्टा चक्कर गेड़ू चुकदे किवें पुलसिए तेड़ू मारते जिवें होणगे छेड़ू ओए वीर मेरे आ जुगनी हस दीरी वल अमरजीत नू दस दी रही ओ हो जुगनी बेच जलंधर वीरो कुत्ता टालिया जा ओ कुत्ता टालिया जा रबीरो देके गेड़े वरती ओ देके गेड़े वरती जीरो डरता का जिवें लीरो वीर मेरे आ जुगनी वीर मेरे आ जुगनी पम्मे दी खोलिया कर बीरो अनेरी ओ जुगनी तौण चो कट दी कैले ओए जुगनी तौण चो कट दी कैल मोड़ दो पानी वाले बैल गई रू सेंटर दी ओदो हैल रोकती जदों एस वाई एले ओ वीर मेरे आ जुगनी जरवाने दी पाई चन्ने ते बब्बर जटाने दी ओ जुगनी जम्मी ठतर वसाखी दी ए जामन कौम दी ए जामन कौम दी राखी दी निगर रख दी वर्दी निगर रख दी वर्दी खाकी दी रेंदी कसर भी कर दू बाकी दी वीर मेरे आ जुगनी वीर मेरे आ जुगनी यारा दी डोडा वाले सरदारा दी ओ जुगनी मूह सी मसा वखाया ते सिरसे वाले ते बंब सिरसे वाले ते बंब लाया नाले रुलदा हवी बड़काया जिसने कौम नू गहने पाया ओ वीर मेरे आ जुगनी संघ दी पीएचडी ते बाबे निहंग दी ओ जुगनी इटली वलो आई नाल कनेडा दा एक ओ नाल कनेडा दा एक बाई रौनक चिर पिछो सी ओ रौनक चिर पिछो सी लाई शामत जनसंगियां दी आई ओ वीर मेरे आ जुगनी वीर मेरे आ जुगनी जेरे दी नवे गबरू बगे शेरे दी हो ਉਦੋਂ ਕੌਮ ਜਵਾਨੀਆਂ ਮਾਣਦੀ ਹੈ ਜਦੋਂ ਡੁੱਲਦਾ ਖੂਨ ਜਵਾਨੀਆਂ ਦਾ ਉਦੋਂ ਕੌਮ ਦਾ ਹੁੰਦਾ ਭਵਿੱਖ ਰੋਸ਼ਨ ਹੁੰਦਾ ਦਾਨ ਜਦੋਂ ਬਲੀ ਦਾਨੀਆਂ ਦਾ ਕੌਮਾਂ ਵਾਸਤੇ ਤਲੀ ਤੇ ਸੀਸ ਧਰਨਾ ਕੌਮਾਂ ਵਾਸਤੇ ਤਲੀ ਤੇ ਸੀਸ ਧਰਨਾ ਬਣਦਾ ਫਰਜ਼ ਹੈ ਪੰਥ ਦੇ ਬਾਨੀਆਂ ਦਾ ਇਹ ਜ਼ਾਲਮ ਜ਼ੁਲਮ ਕਮਾਉਣਗੇ ਜਦੋਂ ਤੀਕਰ ਇਹ ਕਿੱਸਾ ਚੱਲਦਾ ਰਹੂ ਕੁਰਬਾਨੀਆਂ ਦਾ ਕਿੱਸਾ ਚੱਲਦਾ ਰਹੂ ਕੁਰਬਾਨੀਆਂ ਦਾ ਸਮਾਂ ਬੜਾ ਸੀਮਿਤ ਆ ਇੱਕ ਜਦੋਂ ਸਟੇਜ ਤੋਂ ਸਰੋਪੇ ਪੈ ਜਾਣ ਉਦੋਂ ਇਹ ਇਸ਼ਾਰਾ ਹੁੰਦਾ ਵੀ ਭਾਈ ਅਸੀਂ ਅੱਕ ਕੇ ਤੁਹਾਡੇ 'ਤੇ ਦਵਾ ਕਰ ਛੇਤੀ ਕਰੋ ਨਿਬੇੜੋ ਕੰਮ ਸਾਰੀ ਸੰਗਤ ਦਾ ਸਮਾਂ ਕੀਮਤੀ ਆ ਸੋ ਆਓ ਆਪਾਂ ਇੱਕੋ ਕਵਿਤਾ ਬੋਲ ਕੇ ਖਿਮਾ ਦੇ ਜਾ 'ਚ ਹੋ ਜਾਣਾ ਜਿਹੜੀ ਜਾਗੋ ਇਸੇ ਜੁਗਨੀ ਦੀ ਸਕੀ ਭੈਣ ਇਸ ਜਾਗੋ ਦਾ ਨਾਮ ਸੁਣ ਕੇ ਸਰਕਾਰ ਦੇ ਕਾਲਜ ਦੇ ਵਿੱਚ ਉਦੋਂ ਵੀ ਹੌਲ ਪੈਂਦੇ ਸੀ ਅਤੇ ਹੁਣ ਵੀ ਹੌਲ ਪੈਂਦੇ ਆ
ਇਹ ਜਾਗੋ ਪਹਿਲਾਂ ਗਾਈ ਸੀ ਸ਼ਹੀਦ ਭਾਈ ਨਿਰਮਲ ਸਿੰਘ ਚੋਲਾ ਸਾਹਿਬ ਜੀ ਉਹਨਾਂ ਨੇ ਜਿਨ੍ਹਾਂ ਨੂੰ ਪੰਜਾਬ ਦੀ ਬੁੱਚੜ ਸਰਕਾਰ ਨੇ ਪੰਜਾਬ ਦੀ ਬੁੱਚੜ ਪੁਲਿਸ ਨੇ ਤਸ਼ੱਦਦ ਕਰਕੇ ਸ਼ਹੀਦ ਕਰ ਦਿੱਤਾ ਜੀਭ ਵੱਢ ਦਿੱਤੀ ਸੀ ਸ਼ਹੀਦ ਭਾਈ ਨਿਰਮਲ ਸਿੰਘ ਚੋਲਾ ਸਾਹਿਬ ਜੀ ਉਹਨਾਂ ਦੀ ਕਾਰਨ ਕੀ ਸੀ ਉਹਨਾਂ ਦੀ ਜ਼ਬਾਨ ਦੇ ਵਿੱਚ ਉਹਨਾਂ ਦੀ ਰਸਨਾ ਦੇ ਵਿੱਚ ਇੰਨਾ ਰਸ ਸੀ ਕਿ ਨੌਜਵਾਨ ਉਹਨਾਂ ਦੀਆਂ ਕਵਿਤਾਵਾਂ ਸੁਣ ਕੇ ਆਪ ਮੁਹਾਰੇ ਹਥਿਆਰਬੰਦ ਸੰਘਰਸ਼ ਦੇ ਲਈ ਤਿਆਰ ਬਰ ਤਿਆਰ ਹੋ ਜਾਂਦੇ ਸੀ ਇਸ ਕਰਕੇ ਜੀਭ ਵੱਢ ਕੇ ਭਾਈ ਨਿਰਮਲ ਸਿੰਘ ਚੋਲਾ ਸਾਹਿਬ ਜੀ ਉਹਨਾਂ ਨੂੰ ਕਹਿੰਦੇ ਸੀ ਹੁਣ ਗਾ ਕੇ ਵਿਖਾ ਤਸੀਹੇ ਦੇ ਦੇ ਕੇ ਸ਼ਹੀਦ ਕੀਤਾ ਅਤੇ ਇਹ ਜਾਗੋ ਸਾਨੂੰ ਕਿਉਂ ਗਾਉਣੀ ਪਈ ਅੰਮ੍ਰਿਤਸਰ ਸਾਹਿਬ ਦਾ ਇੱਕ ਸ਼ਿਵ ਸੈਨਾ ਦਾ ਆਪੇ ਬਣਿਆ ਆਗੂ ਤੁਸੀਂ ਜਾਣਦੇ ਹੋਗੇ ਉਹਨੂੰ ਸੁਧੀਰ ਕੁਮਾਰ ਸੂਰੀ ਉਹ ਗੰਜਾ ਜਿਹਾ ਸੀ ਜਿਹੜਾ ਇਹ ਆਏ ਦਿਨ ਸਿੱਖ ਸਿਧਾਂਤਾਂ ਦੇ ਖਿਲਾਫ ਸਿੱਖ ਜਰਨੈਲਾਂ ਦੇ ਖਿਲਾਫ ਕੋਈ ਨਾ ਕੋਈ ਭੱਦੀ ਸ਼ਬਦਾਵਲੀ ਵਰਤਦਾ ਰਹਿੰਦਾ ਸੀ ਇਹ ਕਹਿੰਦਾ ਸੀ ਸਿੱਖਾਂ ਦੀਆਂ ਧੀਆਂ ਭੈਣਾਂ ਦੇ ਨਾਲ ਮੇਰੇ ਨਜਾਇਜ਼ ਸੰਬੰਧ ਆ ਅਤੇ ਜਦੋਂ ਇਹ ਕੁਝ ਬੋਲਦਾ ਸੀ ਸੋਸ਼ਲ ਮੀਡੀਆ ਦੇ ਉੱਤੇ ਅਤੇ ਪੰਜਾਬ ਦੀ ਸਰਕਾਰ ਨੇ ਇਹਨੂੰ ਸਿਕਿਉਰਿਟੀ ਦਿੱਤੀ ਸੀ ਅਤੇ ਜੇਕਰ ਇਹਨੂੰ ਸਿਕਿਉਰਿਟੀ ਦਿੱਤੀ ਸੀ ਤਾਂ ਫਿਰ ਉਹ ਸਿਕਿਉਰਿਟੀ ਵਾਲੇ ਬਚਾ ਲੈਂਦੇ ਭਾਈ ਇਹ ਤਾਂ ਉਹ ਆ ਜਿਹੜੇ ਦਿੱਲੀ ਦੇ ਤਖ਼ਤ ਦੇ ਉੱਤੇ ਬੈਠੀ ਮਹਾਰਾਣੀ ਨੂੰ ਨਹੀਂ ਛੱਡਦੇ ਅਤੇ ਇਹ ਤਾਂ ਫਿਰ ਚੀਜ਼ ਹੀ ਕੀ ਸੀ ਇੱਕ ਲੁਧਿਆਣੇ ਦਾ ਹੁਣ ਤਾਂ ਚਲੋ ਹਟ ਗਿਆ ਉਹ ਗੰਜਾ ਜਿਹਾ ਉਹ ਕਹੂਗਾ ਮੈਂ ਲੋਇਨ ਮੈਂ ਸ਼ੇਰ ਅਮਿਤ ਅਰੋੜਾ ਅਤੇ ਉਹਨੂੰ ਵੀ ਸਿਕਿਉਰਿਟੀ ਦੇ ਕੇ ਬਾਹਰ ਖੁੱਲ੍ਹਾ ਛੱਡਿਆ ਕੁੱਤਿਆਂ ਨਾਲ ਉਹ ਭੈੜੀ ਉਹਦੀ ਸ਼ਕਲ ਆ ਨਾ ਉਹ ਕਹਿੰਦਾ ਮੈਂ ਸ਼ੇਰ ਹਾਂ ਅਤੇ ਮੈਂ ਤਾਂ ਸਰਕਾਰ ਨੂੰ ਇਹੀ ਅਪੀਲ ਕਰਦਾ ਵਾਂ ਸਟੇਜ 'ਤੇ ਲਾਈਵ ਚੱਲਦਾ ਪਿਆ ਹਰੇਕ ਸਟੇਜ 'ਤੇ ਅਸੀਂ ਕਹਿੰਦੇ ਹਾਂ ਵੀ ਜੇ ਉਹਨੂੰ ਰੱਖਣਾ ਹੈ ਭਾਈ ਤਾਂ ਉਹਨੂੰ ਬੰਨ੍ਹ ਕੇ ਰੱਖਿਆ ਕਰੋ ਨਹੀਂ ਐਵੇਂ ਨਾ ਹੋਵੇ ਸਾਡੇ ਵਰਗੇ ਦੇ ਕਿਸੇ ਡਿੱਕੇ ਚੜ੍ਹ ਗਏ ਅਸੀਂ ਤਾਂ ਠੋਲੇ ਲਾ ਲਾ ਕੇ ਮਾਰ ਦੇਣਾ ਉਹਨੂੰ ਸਤਿ ਸ਼੍ਰੀ ਅਕਾਲ ਗੋਲੀ ਗੋਲੀ ਤਾਂ ਉਹਦੇ 'ਤੇ ਕਿਉਂ ਖਰਾਬ ਕਰਨੀ ਹੈ ਕਿਸੇ ਨੇ ਐਵੇਂ 20 ਸਾਲ ਖਰਾਬ ਹੋਣਗੇ ਉਹਨੇ ਠੋਲਿਆਂ ਦੀ ਮਾਰਿਆ ਉਹ ਪਹਿਲੀ ਗੱਲ ਤਾਂ ਹੁਣ ਜਿੱਦਣ ਦਾ ਸੂਰੀ ਦਾ ਸੋਧਾ ਲਾਇਆ ਉਦੋਂ ਦਾ ਬਾਹਰ ਹੀ ਨਹੀਂ ਨਿਕਲਦਾ ਉਹ ਇੱਕੋ ਚਪੇੜਾਂ ਵਾਲਾ ਉਹ ਕਦੇ ਭਾਈ ਜਗਤਾਰ ਸਿੰਘ ਹਵਾਰੇ ਤੋਂ ਚਪੇੜਾ ਖਾ ਲੈਂਦਾ ਉਹ ਕਦੇ ਜੇ ਉਹ ਜੇਲ੍ਹ 'ਚ ਜਾਂਦਾ ਤਾਂ ਉਹਨੂੰ ਭਾਈ ਰਮਨਦੀਪ ਸਿੰਘ ਬੱਗੇ ਵਰਗੇ ਢਾ ਲੈਂਦੇ ਆ ਮੁੜ ਕੇ ਕਹੂਗਾ ਮੈਨੂੰ ਕੰਬਲ ਪਾ ਕੇ ਕੁੱਟਿਆ ਉਹ ਇਹਨਾਂ ਨੂੰ ਪਤਾ ਨਹੀਂ ਕੀ ਦਿਸਦਾ ਰਹੋ ਵਿਚਾਰ ਇਹ ਜਾਗੋ ਉਹਨਾਂ ਕਰਕੇ ਗਾਉਣੀ ਪਈ ਇੱਕ ਸਾਡੇ ਏਰੀਏ ਦੇ ਵਿੱਚ ਕੋਟਕਪੂਰੇ 2015 ਦੇ ਵਿੱਚ ਹੋਈ ਬੇਅਦਬੀ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦਾ ਦੋਸ਼ੀ ਝੂਠੇ ਸੌਦੇ ਵਾਲੇ ਅਸਾਧ ਦਾ ਚੇਲਾ ਪ੍ਰਦੀਪ ਕੁਮਾਰ ਇਹਨੂੰ ਵੀ ਸਰਕਾਰ ਨੇ ਸਿਕਿਉਰਿਟੀ ਦੇ ਕੇ ਛੱਡਿਆ ਸੀ ਇਹਨੂੰ ਜਾਗੋ ਆ ਕੇ ਅਤੇ ਧੁਰ ਦੀ ਟਿਕਟ ਕਟਾ ਗਈ ਇਸ ਕਰਕੇ ਇਹ ਜਾਗੋ ਉਦੋਂ ਵੀ ਸੋਧੇ ਲਾਉਂਦੀ ਸੀ ਅਤੇ ਹੁਣ ਵੀ ਸੋਧੇ ਲਾਉਂਦੀ ਆ ਜਾਗੋ ਦਾ ਨਾਂ ਸੁਣ ਕੇ ਹੀ ਸਰਕਾਰ ਦੇ ਕਾਲਜ ਦੇ ਵਿੱਚ ਹੌਲ ਕਿਵੇਂ ਪੈਂਦੇ ਆ ਇਹ ਖੁਦ ਜਾਗੋ ਪਾਸੋਂ ਹੀ ਸਰਵਣ ਕਰੋ ਜੀ ਸੁਣਿਓ ਨਾਲ ਧਿਆਨ ਦੇ ਜਾਗੋ ਦੇ ਬੋਲ ਜਾਗੋ ਸੁਣ ਸਰਕਾਰ ਦੇ ਪੈਣ ਕਾਲਜੇ ਹੌਲ ਸਿੰਘਾ ਜਾਗ ਬਈ ਹੁਣ ਜਾਗੋ ਆਈਆ ਕਿਧਰੋਂ ਆਈਆ ਪਿੰਡਰਾਂ ਵਾਲਿਆਂ ਸੰਤਾਂ ਨੇ ਨਿਊ ਕਰਕੇ ਕਲਾਈਆ ਮੋਟਰਸਾਈਕਲ ਵਾਲਿਆਂ ਨੇ ਫੜ ਮਗਰ ਬਿਠਾਈਆ ਜਾਗੋ ਨੇ ਸੀ ਜਨਮ ਲੈ ਲਿਆ ਹੱਕ ਲੈਣ ਲਈ ਸਾਰੇ ਜਾਗੋ ਨੇ ਸੀ ਜਨਮ ਲੈ ਲਿਆ ਹੱਕ ਲੈਣ ਲਈ ਸਾਰੇ ਗੱਜ ਕੇ ਕਿਹਾ ਸਰਕਾਰ ਨੂੰ ਹੁਣ ਨਹੀਂ ਚੱਲਣੇ ਝੂਠੇ ਲਾਰੇ ਗੱਜ ਕੇ ਕਿਹਾ ਸਰਕਾਰ ਨੂੰ ਹੁਣ ਨਹੀਂ ਚੱਲਣੇ ਝੂਠੇ ਲਾਰੇ ਹੋ ਕੌਮ ਦੇ ਆਗੂਆਂ ਧਰਮ ਤੇ ਆ ਗਿਆ ਕੌਮ ਦੇ ਆਗੂਆਂ ਧਰਮ ਤੇ ਆ ਗਿਆ ਕੁਰਸੀ ਮੁੱਖ ਬਣਾਈ ਆ ਬਈ ਹੁਣ ਜਾਗੋ ਆਈਆ ਕਿਧਰੋਂ ਆਈਆ ਪਿੰਡਰਾਂ ਵਾਲਿਆਂ ਸੰਤਾਂ ਨੇ ਨਿਊ ਕਰਕੇ ਕਲਾਈਆ ਮੋਟਰਸਾਈਕਲ ਵਾਲਿਆਂ ਨੇ ਫੜ ਮਗਰ ਬਿਠਾਈਆ ਉਹ ਨਰਕ ਤਾਰੀ ਗੁਰਬਚਨਾ ਪਾਪੀ ਜਾਗੋ ਨੇ ਬੜਕਾਤਾ ਨਰਕ ਤਾਰੀ ਗੁਰਬਚਨਾ ਪਾਪੀ ਜਾਗੋ ਨੇ ਬੜਕਾਤਾ ਗੁਰੂ ਗ੍ਰੰਥ ਦੀ ਕਰੇ ਬੇਅਦਬੀ ਗੋਲੀਆਂ ਮਾਰੀ ਉਡਾਤਾ ਗੁਰੂ ਗ੍ਰੰਥ ਦੀ ਕਰੇ ਬੇਅਦਬੀ ਗੋਲੀਆਂ ਮਾਰੀ ਉਡਾਤਾ ਹੋ ਆਪ ਗੁਰੂ ਬਣ ਬੈਠਾ ਸੀ ਜੋ ਆਪ ਗੁਰੂ ਬਣ ਬੈਠਾ ਸੀ ਜੋ ਉਸ ਦਿਸ਼ਾ ਮਤ ਆਈਆ ਬਈ ਹੁਣ ਜਾਗੋ ਆਈਆ ਕਿਧਰੋਂ ਆਈਆ ਪਿੰਡਰਾਂ ਵਾਲਿਆਂ ਸੰਤਾਂ ਨੇ ਨਿਊ ਕਰਕੇ ਕਲਾਈਆ ਮੋਟਰਸਾਈਕਲ ਵਾਲਿਆਂ ਨੇ ਫੜ ਮਗਰ ਬਿਠਾਈਆ ਉਹ ਦੂਜਾ ਨੰਬਰ ਇਸ ਜਾਗੋ ਰਾਣੀ ਲਾਲਾ ਜੀ ਦਾ ਲਾਇਆ ਦੂਜਾ ਨੰਬਰ ਇਸ
जागो राणी लाला जी दा लाया बिच अखबारा कौम नूं निंदे उसनूं गड्डी चढ़ाया बिच अखबारा कौम नूं निंदे उसनूं गड्डी चढ़ाया ओ लुधियाणे दे लागे सिंगा लुधियाणे दे लागे सिंगा जागो आण मलाईया बई हुण जागो आईया किधरों आईया पिंडरां वालिया संतां ने न्यू करके कलाईया मोटरसाइकल वालिया ने फड़ मगर बठाईया हर बंस लाल खन्ने नूं जागो लाल जा रंग चढ़ाया हर बंस लाल खन्ने नूं जागो लाल जा रंग चढ़ाया उल्ट सिंगां दे बचन न करिए उसनूं सबक सिखाया उल्ट सिंगां दे बचन न करिए उसनूं सबक सिखाया ए हर बंस लाल खन्ना सी ना जेड़ा ए भी शिवसेना दा आगू सी ए भी सुधीर कुमार सूरियो ही सी ए कहिंदा हुंदा सी कच्छ कड़ा कृपान इन्हां नूं भेजो पाकिस्तान ये कहिंदा सी सिगरेट बीड़ी पीएंगे बड़ी शान से जीएंगे कहिंदा सी इक्की दुक्की खै नहीं देनी सिर ते पगड़ी रहन नहीं देनी इहदा मैडिकल स्टोर सी इहदे मैडिकल स्टोर ते शहीद भाई सुरिंदर सिंह सोढ़ी ते शहीद भाई जरनल लाभ सिंह जावड़े कहिंदे लाला जी कोई एहो जी गोली दिओ जिहड़ी खाओ तुसी ते दर्द साडा हटे लाला कहिंदा भी मेरे कोल तां कोई एहो जी गोली आउंदी नहीं जिहड़ी खावे कोई होर ते दर्द किसे होर दा हटे कहिंदे लाला तेरे कोल नहीं आउंदी फिर साडे कोल तां आउंदी आ मार के लाले दी हक विच काट काट गोलियां किवें लाल जा रंग चढ़ाया हर बंस लाल खन्ने नूं जागो लाल जा रंग चढ़ाया हर बंस लाल खन्ने नूं जागो लाल जा रंग चढ़ाया उल्ट सिंगां दे बचन न करिए उसनूं गड्डी चढ़ाया उल्ट सिंगां दे बचन न करिए उसनूं सबक सिखाया ओ कड़क शहरा इत्थे ही रहना कड़क शहरा इत्थे ही रहू पर तेरी शामत आईया बई हुण जागो आईया किधरों आईया पिंडरां वालियां संतां ने ट्रेंड करके कलाईया मोटरसाइकल वालिया ने फड़ मगर बठाइया ओ कई बार ए जागो राणी बसां दे विच चढ़ जाए कई बार ए जागो राणी बसां दे विच चढ़ जाए गुस्से दे विच आई कईयां दा कीर्तन सोहला पड़ जाए गुस्से दे विच आई कईयां दा कीर्तन सोहला पड़ जाए ओ आउंदी जागो हर कोई वेंदा आउंदी जागो हर कोई वेंदा जांदी नजर ना आईया बई हुण जागो आईया किधरों आईया पिंडरां वालिया संतां ने देख थापड़ा कलाईया मोटरसाइकल वालिया ने फड़ मगर बठाइया हो पुतली कर कोल जागो पहुंची छेती पंध मुका के पुतली कर कोल जागो पहुंची छेती पंध मुका के मक्खण करदा बहुत वधीकी खड़ी सराणे आके मक्खण करदा बहुत वधीकी खड़ी सराणे आके हो हौलदार तों SHO दी हौलदार ਤੂੰ SHO ਦੀ ਫੀਤੀ ਤੁਰੰਤ ਲਗਾਈਆ ਬਈ ਹੁਣ ਜਾਗੋ ਆਈਆ ਕਿਧਰੋਂ ਆਈਆ ਪਿੰਡਰਾਂ ਵਾਲਿਆਂ ਸੰਤਾਂ ਨੇ ਟ੍ਰੇਂਡ ਕਰਕੇ ਕਲਾਈਆ ਮੋਟਰਸਾਈਕਲ ਵਾਲਿਆਂ ਨੇ ਫੜ ਮਗਰ ਬਿਠਾਈਆ ਉਹ DSP ਗੁਰਬਚਨਾ ਪਾਪੀ ਨਜ਼ਰ ਜਾਗੋ ਦੀ ਪੈ ਗਿਆ DSP ਗੁਰਬਚਨਾ ਪਾਪੀ ਨਜ਼ਰ ਜਾਗੋ ਦੀ ਪੈ ਗਿਆ ਉਹ ਆਪ ਤਾਂ ਮਰਨਾ ਸੀ ਦੁਸ਼ਟ ਨੇ ਟੱਬਰ ਲੈ ਕੇ ਬਹਿ ਗਿਆ ਆਪ ਤਾਂ ਮਰਨਾ ਸੀ ਪਾਪੀ ਨੇ ਟੱਬਰ ਲੈ ਕੇ ਬਹਿ ਗਿਆ ਤੀਆਂ ਪੁੱਤਰ ਸਣੇ ਵਾਈਫ ਦੇ ਜਾਗੋ ਨੇ ਕਰੀ ਚੜਾਈਆ ਬਈ ਹੁਣ ਜਾਗੋ ਆਈਆ ਕਿਧਰੋਂ ਆਈਆ ਪਿੰਡਰਾਂ ਵਾਲਿਆਂ ਸੰਤਾਂ ਨੇ ਨਿਊ ਕਰਕੇ ਕਲਾਈਆ ਮੋਟਰਸਾਈਕਲ ਵਾਲਿਆਂ ਨੇ ਫੜ ਮਗਰ ਬਿਠਾਈਆ ਉਹ ਸੈਰ ਸਪੱਟਾ ਕਰਦੀ ਜਾਗੋ ਵਿੱਚ ਦਿੱਲੀ ਦੇ ਆ ਗਈ ਸੈਰ ਸਪੱਟਾ ਕਰਦੀ ਜਾਗੋ ਵਿੱਚ ਦਿੱਲੀ ਦੇ ਆ ਗਈ ਬਿਆੰਤ ਸਿੰਘ ਸਤਵੰਤ ਸਿੰਘ ਦੇ ਕੰਨ ਵਿੱਚ ਗੱਲ ਸਮਝ ਆ ਗਈ ਬਿਆੰਤ ਸਿੰਘ ਸਤਵੰਤ ਸਿੰਘ ਦੇ ਕੰਨ ਵਿੱਚ ਗੱਲ ਸਮਝ ਆ ਗਈ ਹੋ 31 ਅਕਤੂਬਰ ਜਿਸ ਦਿਨ 31 ਅਕਤੂਬਰ ਜਿਸ ਦਿਨ ਇੰਦਰਾ ਗਾਂਧੀ ਫੜਕਾਈਆ ਬਈ ਹੁਣ ਜਾਗੋ ਆਈਆ ਕਿਧਰੋਂ ਆਈਆ ਪਿੰਡਰਾਂ ਵਾਲਿਆਂ ਸੰਤਾਂ ਨੇ ਨਿਊ ਕਰਕੇ ਕਲਾਈਆ ਮੋਟਰਸਾਈਕਲ ਵਾਲਿਆਂ ਨੇ ਫੜ ਮਗਰ ਬਿਠਾਈਆ ਉਹ ਪਿਸਟਲ ਦੇ ਵਿੱਚ ਬੱਗਾ ਸ਼ੇਰਾ ਫੜ ਜਾਗੋ ਨੂੰ ਪਾਉਂਦੇ ਪਿਸਟਲ ਦੇ ਵਿੱਚ ਬੱਗਾ ਸ਼ੇਰਾ ਫੜ ਜਾਗੋ ਨੂੰ ਪਾਉਂਦੇ ਸ਼ਿਵ ਸੈਨਾ ਤੇ ਜਨ ਸੰਗੀਆਂ ਨੂੰ ਦਬ ਕੇ ਮਾਰ ਡਰਾਉਂਦੇ ਸ਼ਿਵ ਸੈਨਾ ਤੇ ਜਨ ਸੰਗੀਆਂ ਨੂੰ ਦਬ ਕੇ ਮਾਰ ਡਰਾਉਂਦੇ ਹੋ ਜਿੰਨੀ ਸਾਥੋਂ ਨਿਭ ਸਕਦੀ ਸੀ ਜਿੰਨੀ ਸਾਥੋਂ ਨਿਭ ਸਕਦੀ ਸੀ ਆਪਾਂ ਤੋੜ ਨਿਭਾਈਆ ਬਈ ਹੁਣ ਜਾਗੋ ਆਈਆ ਕਿਧਰੋਂ ਆਈਆ ਜਥੇਦਾਰ ਹਰਮਿੰਦਰ ਨੇ ਨਿਊ ਕਰਕੇ ਕਲਾਈਆ ਮੋਟਰਸਾਈਕਲ ਵਾਲਿਆਂ ਨੇ ਫੜ ਮਗਰ ਬਿਠਾਈਆ ਹੋ ਅੰਮ੍ਰਿਤਸਰ ਵਿੱਚ ਜਾਗੋ ਰਾਣੀ ਧਰਨੇ ਦੇ ਵਿੱਚ ਵੜ ਗਈ ਅੰਮ੍ਰਿਤਸਰ ਵਿੱਚ ਜਾਗੋ ਰਾਣੀ ਧਰਨੇ ਦੇ ਵਿੱਚ ਵੜ ਗਈ ਬਾਂਦਰਾਂ ਦਾ ਝੁੰਡ ਹੋਇਆ ਇਕੱਠਾ ਆਣ ਵਿਚਾਲੇ ਖੜ ਗਈ ਬਾਂਦਰਾਂ ਦਾ ਝੁੰਡ ਹੋਇਆ ਇਕੱਠਾ ਆਣ
ਵਿਚਾਲੇ ਖੜ ਗਈ ਓ ਸੂਰ ਦਾ ਪੁੱਤਰ ਗੰਦ ਫਰੋਲੇ ਸੂਰ ਦਾ ਪੁੱਤਰ ਗੰਦ ਫਰੋਲੇ ਜਾਗੋ ਨੇ ਕਰੀ ਸਫਾਈ ਆ ਬਈ ਹੁਣ ਜਾਗੋ ਆਈਆ ਕਿਧਰੋਂ ਆਈਆ ਪਿੰਡਰਾਂ ਵਾਲਿਆਂ ਸੰਤਾਂ ਨੇ ਜਵਨ ਨਵੀਂ ਕਲਾਈਆ ਮੋਟਰਸਾਈਕਲ ਵਾਲਿਆਂ ਨੇ ਪੜ ਮਗਰ ਬਿਠਾਈਆ ਉਹ ਤੜਕੇ ਤੜਕੇ ਜਾਗੋ ਇੱਕ ਦਿਨ ਕੋਟ ਕਪੂਰੇ ਆ ਗਈ ਤੜਕੇ ਤੜਕੇ ਜਾਗੋ ਇੱਕ ਦਿਨ ਕੋਟ ਕਪੂਰੇ ਆ ਗਈ ਮਾਰ ਗੋਲੀਆਂ ਬੇਅਦਬੀ ਦੇ ਦੋਛੀ ਨੂੰ ਫੜਕਾ ਗਈ ਮਾਰ ਗੋਲੀਆਂ ਬੇਅਦਬੀ ਦੇ ਦੋਛੀ ਨੂੰ ਫੜਕਾ ਗਈ ਹੋ ਤੜਫਦਾ ਰਿਹਾ ਪ੍ਰਦੀਪ ਪ੍ਰੇਮੀ ਤੜਫਦਾ ਰਿਹਾ ਪ੍ਰਦੀਪ ਪ੍ਰੇਮੀ ਜਾਗੋ ਡਾਰੀ ਲਾਈਆ ਬਈ ਹੁਣ ਜਾਗੋ ਆਈਆ ਕਿਧਰੋਂ ਆਈਆ ਪਿੰਡਰਾਂ ਵਾਲਿਆਂ ਸੰਤਾਂ ਨੇ ਐਨ ਨਵੀਂ ਕਲਾਈਆ ਮੋਟਰਸਾਈਕਲ ਵਾਲਿਆਂ ਨੇ ਫੜ ਮਗਰ ਬਿਠਾਈਆ ਮਗਰ ਬਿਠਾਈਆ ਮਗਰ ਬਿਠਾਈਆ ਸਤਿ ਸ੍ਰੀ ਅਕਾਲ ਸੋ ਇਤਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ ਬੋਲਦਿਆਂ ਤੋਂ ਇੱਕ ਨਹੀਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹਨ ਅਣਜਾਣ ਬੱਚੇ ਸਮਝ ਕਰ ਮਾਫ਼ ਕਰਨਾ ਗੁਰੂ ਅਤੇ ਸੰਗਤ ਬਖਸ਼ਣ ਯੋਗ ਹੈ ਜੀ ਬਖਸ਼ ਲੈਣਾ ਆਓ ਸਾਰੀ ਸੰਗਤ ਇੱਕ ਵਾਰੀ ਦਮਦਮੇ ਟਕਸਾਲ ਦੇ ਮੌਜੂਦਾ ਮੁਖੀ ਬ੍ਰਹਮ ਗਿਆਨੀ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੂੰ ਯਾਦ ਕਰਕੇ ਕੌਮ ਦੇ ਸਮੂਹ ਸ਼ਹੀਦ ਸਿੰਘਾਂ ਨੂੰ ਯਾਦ ਕਰਕੇ ਉੱਚੀ ਆਵਾਜ਼ ਦੇ ਵਿੱਚ ਜਥੇ ਨਾਲ ਜਪਣਾ ਕਰੋ ਜੀ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ ਧਰਮ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ ਧਰਮ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ ਧਰਮ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ ਸਿਰ ਦਿੱਤਿਆਂ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ ਧਰਮ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ ਸਿਰ ਦਿੱਤਿਆਂ ਏ ਸੀਸ ਅਮਾਨਤ ਸਤਿਗੁਰ ਦੀ ਸਤਿਗੁਰ ਦੇ ਲੇਖੇ ਲੱਗ ਜਾਵੇ ਏ ਸੀਸ ਅਮਾਨਤ ਸਤਿਗੁਰ ਦੀ ਸਤਿਗੁਰ ਦੇ ਲੇਖੇ ਲੱਗ ਜਾਵੇ ਏ ਸੀਸ ਅਮਾਨਤ ਸਤਿਗੁਰ ਦੀ ਸਤਿਗੁਰ ਦੇ ਲੇਖੇ ਲੱਗ ਜਾਵੇ ਏ ਸੀਸ ਅਮਾਨਤ ਸਤਿਗੁਰ ਦੀ ਸਤਿਗੁਰ ਦੇ ਲੇਖੇ ਲੱਗ ਜਾਵੇ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ ਧਰਮ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ ਧਰਮ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ ਧਰਮ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ ਧਰਮ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ ਗੁਰਮੁਖੋ ਇਹਨਾਂ ਸ਼ਬਦਾਂ ਦੇ ਅਰਥ ਬੜੇ ਸਪਸ਼ਟ ਆ ਗੱਲ ਸਮੇਂ ਨੇ ਆਪਣੀ ਆਖ ਦਿੱਤੀ ਅਰਥ ਕੱਢਣਾ ਕੰਮ ਜਵਾਨੀਆਂ ਦਾ ਕੌਮ ਉਸ ਨੂੰ ਕਦੇ ਨਹੀਂ ਮਾਫ ਕਰਦੀ ਜਿਹੜਾ ਮੁੱਲ ਨਾ ਪਾਵੇ ਕੁਰਬਾਨੀਆਂ ਦਾ ਅੱਗੇ ਤੁਹਾਡੀ ਜ਼ਿੰਮੇਵਾਰੀ ਆ ਸਾਰੀ ਸੰਗਤ ਨੇ ਦੋਵੇਂ ਹੱਥ ਜੋੜ ਕੇ ਗੁਰੂ ਕਲੰਗੀਧਰ ਪਾਤਸ਼ਾਹ ਦੇ ਚਰਨਾਂ ਤੇ ਅਰਦਾਸ ਕਰਨੀ ਆ ਆਪਣੇ ਲਈ ਨਹੀਂ ਤੇ ਸਾਡੇ ਲਈ ਜ਼ਰੂਰ ਕਰਿਓ ਸੰਗਤ ਦੀ ਅਰਦਾਸ ਕਦੇ ਵੀ ਬਿਰਥੀ ਨਹੀਂ ਜਾਂਦੀ ਇਹ ਅਰਦਾਸ ਕਰਿਓ ਸੱਚੇ ਪਾਤਸ਼ਾਹ ਜਿਹੜੇ ਸਾਡੇ ਆ ਤੂੜੀ ਦੇ ਭਰੇ ਸਿਰ ਨੇ ਨਾ ਇਹ ਗੁਰੂ ਗ੍ਰੰਥ ਦੇ ਲੇਖੇ ਲੱਗ ਜਾਣ ਗੁਰੂ ਪੰਥ ਦੇ ਲੇਖੇ ਲੱਗ ਜਾਣ ਗੁਰੂ ਅਤੇ ਸੰਗਤ ਬਖਸ਼ਣ ਯੋਗ ਹੈ ਜੀ ਬਖਸ਼ ਲੈਣਾ ਹੋਈਆਂ ਭੁੱਲਾਂ ਦੀ ਖਿਮਾ ਸਾਰੀ ਹੀ ਸੰਗਤ ਦਾ ਤਹਿ ਦਿਲ ਤੋਂ ਧੰਨਵਾਦ ਕੋਟਾਨ ਕੋਟ ਧੰਨਵਾਦ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦਾ ਜਿਨ੍ਹਾਂ ਨੇ ਰਹਿਮਤ ਕਰਕੇ ਬਖਸ਼ਿਸ਼ ਕਰਕੇ ਸਾਡੀ ਝੋਲੀ ਦੇ ਵਿੱਚ ਇਹ ਸਮਾਂ ਪਾਇਆ ਹੈ ਸ਼ਹੀਦ ਸਿੰਘਾਂ ਦਾ ਕੋਟਾਨ ਕੋਟ ਸ਼ੁਕਰਾਨਾ ਜਿਨ੍ਹਾਂ ਦੀ ਬਦੌਲਤ ਅੱਜ ਅਸੀਂ ਇਹ ਸ਼ਹੀਦੀ ਦਿਹਾੜੇ ਮਨਾ ਰਹੇ ਹਾਂ ਅਤੇ ਪ੍ਰਬੰਧਕ ਸਾਹਿਬਾਨਾਂ ਦਾ ਧੰਨਵਾਦ ਜਿਨ੍ਹਾਂ ਦੇ ਕਰਕੇ ਆਪ ਰੱਬ ਵਰਗੀਆਂ ਸੰਗਤਾਂ ਦੇ ਦਰਸ਼ਨ ਕਰਨ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ ਬੁਲਾਓ ਫਤਿਹ ਤੇ ਪਾਓ ਫਤਿਹ ਆਖੋ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ।